ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਆੜੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਲੈ ਕੇ ਹਾਜ਼ਰ ਹਾਂ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਉਹਨਾਂ ਸਿਆਸੀ ਮਸਲਿਆਂ ਦੀ ਗੱਲ ਕਰਦੇ ਹਾਂ ਭਾਵੇਂ ਉਹ ਮਸਲਾ ਪੰਥਕ ਹੋਵੇ ਭਾਵੇਂ ਉਹ ਮਸਲਾ ਕਿਸੇ ਅਦਾਰੇ ਦੇ ਨਾਲ ਜੁੜਿਆ ਹੋਵੇ ਭਾਵੇਂ ਉਹ ਮਸਲਾ ਕਿਸੇ ਸਿਆਸਤਦਾਨ ਦੇ ਨਾਲ ਜੁੜਿਆ ਹੋਵੇ ਲੇਕਿਨ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਅਸੀਂ ਉਹ ਤਜ਼ਵੀਜ਼ ਜੋ ਕਿ ਉਹਨਾਂ ਵੱਲੋਂ ਰੱਖੀ ਗਈ ਹੈ ਇਹੋ ਗਰਾਊਂਡ ਲੈਵਲ ਤੇ ਲੋਕਾਂ ਦੇ ਕੋਲ ਪਹੁੰਚੀ ਹੈ ਸਾਡੇ ਦਰਸ਼ਕਾਂ ਦੇ ਕੋਲ ਪਹੁੰਚੀ ਹੈ ਜੋ ਵਾਅਦੇ ਉਹਨਾਂ ਨੇ ਕੀਤੇ ਸੀਗੇ ਕਿ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਪਹੁੰਚੇ ਹਨ ਕਿ ਉਹਨਾਂ ਨੇ ਕੋਈ ਰੋਡ ਮੈਪ ਕ੍ਰੀਏਟ ਕੀਤਾ ਹੈ ਤਾਂ ਅੱਜ ਅਸੀਂ ਇਹਨਾਂ ਸਾਰੀ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਦੀ ਛਾਣਬੀਨ ਦੇ ਲਈ ਅਸੀਂ ਤੁਹਾਨੂੰ ਵਾਅਦਾ ਕੀਤਾ ਸੀਗਾ ਕਿ ਕਈ ਸਾਰੀ ਸੰਸਥਾਵਾਂ ਸਿੱਖ ਮਸਲਿਆਂ ਨੂੰ ਲੈ ਕੇ ਔਰ ਸਿੱਖਾਂ ਦੇ ਉਹਨਾਂ ਇਸ਼ੂਜ਼ ਨੂੰ ਲੈ ਕੇ ਵਚਨਬੰਦ ਹੋਈਆਂ ਹਨ ਲੇਕਿਨ ਕਈ ਵਾਰ ਕ੍ਰੈਡਿਟ ਦੇ ਹੋੜ ਦੇ ਵਿੱਚ ਕਈ ਸਾਰੀ ਸੰਸਥਾਵਾਂ ਕ੍ਰੈਡਿਟ ਤਾਂ ਲੈ ਜਾਂਦੀਆਂ ਹਨ ਲੇਕਿਨ ਜ਼ਮੀਨੀ ਪੱਧਰ ਤੇ ਕੰਮ ਕੋਈ ਹੋਰ ਕਰਕੇ ਜਾਂਦਾ ਕੋਸ਼ਿਸ਼ ਸਾਡੀ ਹਮੇਸ਼ਾ ਰਹਿੰਦੀ ਹੈ ਕਿ ਤੁਹਾਨੂੰ ਉਹਨਾਂ ਸੰਸਥਾਵਾਂ ਦੇ ਨਾਲ ਰੂਬੂ ਰੂ ਕਰਾਈਏ ਜੋ ਕਿ ਵਾਕੇ ਹੀ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਔਰ ਵਚਨਬੰਦ ਹੋ ਰਹੀ ਹੈ ਗੌਰਤਲਬ ਹੈ ਕਿ ਕਈ ਸਾਰੀਆਂ ਸੰਸਥਾਵਾਂ ਹੋਣ ਤੇ ਵਿੱਚ ਆਈਆਂ ਲੇਕਿਨ ਟੀਚਾ ਉਹਨਾਂ ਦਾ ਸੀਗਾ ਕਿ ਅਸੀਂ ਸਿਰਫ ਸੁਰਖੀਆਂ ਦੇ ਵਿੱਚ ਬਣਿਆ ਰਹਿਣਾ ਲੇਕਿਨ ਸੁਰਖੀਆਂ ਤੋਂ ਇਲਾਵਾ ਕੀ ਜ਼ਮੀਨੀ ਹਕੀਕਤ ਤੇ ਉਹਨਾਂ ਨੇ ਆ ਕੇ ਕੰਮ ਕੀਤਾ ਅਗਰ ਕੀਤਾ ਤੇ ਕੀ ਕੀਤਾ ਜੇ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਇੱਕ ਵੱਡਾ ਸਵਾਲ ਬਣਦਾ ਤੁਹਾਨੂੰ ਯਾਦ ਹੋਵੇਗਾ ਕਿ ਅੱਜ ਤੋਂ 2 ਹਫ਼ਤੇ ਪਹਿਲਾਂ ਅਸੀਂ ਇੱਕ ਮੁੱਦਾ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਏ ਸੀਗੇ ਜਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਫੇਰੀ ਦੇ ਦੌਰਾਨ ਟੈਕਸਸ ਪਹੁੰਚੇ ਸੀਗੇ ਹੂਸਟਨ ਪਹੁੰਚੇ ਸੀਗੇ ਜਿੱਥੇ ਉਹਨਾਂ ਨੇ ਹਾਊਡੀ ਮੋਦੀ ਕੀਤਾ ਸੀਗਾ ਉਸ ਤੋਂ ਬਾਅਦ ਉਹ ਯੂਵਨ ਪਹੁੰਚੇ ਸੀਗੇ ਜਿੱਥੇ ਉਹਨਾਂ ਦਾ ਸਵਾਗਤ ਭਾਰਤੀ ਭਾਈਚਾਰੇ ਵੱਲੋਂ ਕੀਤਾ ਗਿਆ ਤੇ ਵਕ ਵਕ ਪੰਜਾਬੀ ਸੰਸਥਾਵਾਂ ਵੱਲੋਂ ਕੀਤਾ ਗਿਆ ਤੇ ਸਿੱਖਾਂ ਵੱਲੋਂ ਕੀਤਾ ਗਿਆ ਲੇਕਿਨ ਸਿੱਖਾਂ ਦੇ ਵਿੱਚ ਇੱਕ ਵਫਦ ਸੀਗਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਕਈ ਸਾਰੇ ਡਿਮਾਂਡ ਕੀਤੀ ਸਿੱਖ ਇਸ਼ੂਜ਼ ਨੂੰ ਲੈ ਕੇ ਉਹ ਸੰਸਥਾਵਾਂ ਉੱਥੇ ਪਹੁੰਚੀਆਂ ਸੀਗੀਆਂ ਲੇਕਿਨ ਜਦ ਇੱਕ ਵਫਦ ਜਿਸ ਸੰਸਥਾ ਦੀ ਮੈਂ ਹੁਣ ਗੱਲ ਕਰ ਰਿਹਾ ਉਹ ਜ਼ਮੀਨੀ ਪੱਧਰ ਤੇ ਉੱਥੇ ਮੌਜੂਦ ਸੀਗਾ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਈ ਸਾਰੇ ਸਵਾਲ ਪੁੱਛੇ ਸਵਾਲ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਸੀਗਾ ਸਵਾਲ ਸੀਗਾ ਆਰਟੀਕਲ 25 ਬੀ ਦੇ ਵਿੱਚ ਸੰਸ਼ੋਧਨ ਕਰਨ ਦਾ ਸਵਾਲ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਦਾ ਤੇ ਕਈ ਸਾਰੇ ਤਮਾਮ ਸਵਾਲ ਸੀਗੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਇੱਕ ਬਹੁਤ ਵੱਡੀ ਖਬਰ ਤੁਹਾਡੇ ਲਈ ਲੈ ਕੇ ਆਣ ਵਾਲਾ ਤੇ ਜਿਵੇਂ ਕਿ ਅਸੀਂ ਤੁਹਾਨੂੰ ਕੱਲ ਵਿਖਾਇਆ इंडियन कौंसुलेट ਦੇ ਵਿੱਚ ਅੰਬੈਸਡਰ ਸੰਦੀਪ ਚੱਕਰਵਤੀ ਨੇ ਆਪਣਾ ਬਿਆਨ ਬਕਾਇਦਾ ਤੌਰ ਤੇ ਸਾਨੂੰ ਦਿੱਤਾ ਕਿ ਜਿਹੜੇ ਪੋਲਿਟিক্যাল ਸਟੇ ਲੈ ਕੇ ਅਮਰੀਕਾ ਦੇ ਵਿੱਚ ਪ੍ਰਵਾਸੀ ਵਸੇ ਹਨ ਉਹਨਾਂ ਦੇ ਲਈ ਹੁਣ ਇੱਕ ਪੈਗਾਮ ਇਹ ਆਇਆ ਹੈ ਕਿ ਹੁਣ ਉਹ ਭਾਰਤ ਜਾ ਸਕਦੇ ਹਨ ਜੇਕਰ ਤੁਹਾਡੇ ਕੋਲ ਪਾਸਪੋਰਟ ਨਹੀਂ ਹੈਗਾ ਤੁਸੀਂ ਪਾਸਪੋਰਟ ਲੈ ਸਕਦੇ ਹੋ ਜੇਕਰ ਤੁਸੀਂ ਸਿਟੀਜ਼ਨ ਹੋ ਤੁਹਾਡੇ ਕੋਲ ਅਮਰੀਕਨ ਪਾਸਪੋਰਟ ਹੈ ਤੁਸੀਂ ਵੀਜ਼ਾ ਲੈ ਸਕਦੇ ਹੋ ਤੇ ਇਹ ਇੱਕ ਸੰਸਥਾ ਲੰਬੇ ਸਮੇਂ ਤੋਂ ਮੈਮੋਰੰਡਮ ਪ੍ਰਧਾਨ ਮੰਤਰੀ ਮੋਦੀ ਨੂੰ ਦੇ ਚੁੱਕੀ ਸੀਗੀ ਔਰ بار-बार ਉਹਨਾਂ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਸੀਗਾ ਔਰ ਜਿਸ ਵਫਦੀ ਮੈਂ ਗੱਲ ਕਰ ਰਿਹਾ ਉਹਨਾਂ ਨੇ ਕਈ ਸਾਰੇ ਤਮਾਮ ਅਜਿਹੇ ਸਵਾਲ ਸਿੱਖ ਕੌਮ ਦੇ ਪ੍ਰਤੀਨਿਧੀ ਬਣ ਕੇ ਕੀਤੇ ਔਰ ਪ੍ਰਧਾਨ ਮੰਤਰੀ ਮੋਦੀ ਨੇ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਮੈਂ ਇੱਕ ਵੱਡਾ ਐਲਾਨ ਕਰਨ ਵਾਲਾ ਜੋ ਕਿ ਉਹਨਾਂ ਨੇ ਕੀਤਾ ਹੁਣ ਸਵਾਲ ਇੱਥੇ ਵੱਡਾ ਇਹ ਬਣਦਾ ਕਿ ਸਿੱਖ ਮਸਲਿਆਂ ਦੇ ਉੱਤੇ ਕੇਂਦਰ ਸਰਕਾਰ ਮੋਦੀ ਸਰਕਾਰ ਬੀਜੇਪੀ ਸਰਕਾਰ ਵਚਨ ਬੰਨਤਾ ਹੋ ਰਹੀ ਹੈ ਤੇ ਹੋਰ ਕਿਹੜੇ-ਕਿਹੜੇ ਮਸਲੇ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਹਜੇ ਵੀ ਨਿਪਟਾਰਾ ਕਰਨ ਦੀ ਲੋੜ ਹੈ ਭਾਰਤ ਦੇ ਵਿੱਚ ਕੀ ਸਥਿਤੀ ਬਣੀ ਹੋਈ ਹੈ ਬੀਜੇਪੀ ਅਗਰ ਸਿੱਖਾਂ ਦੇ ਉੱਤੇ ਇਨੀ ਮਿਹਰਬਾਨ ਹੋ ਰਹੀ ਹੈ ਤੇ ਕਿਉਂ ਹੋ ਰਹੀ ਹੈ ਅਗਰ ਸਿੱਖਾਂ ਦੇ ਇਸ਼ੂਜ਼ ਰਿਜ਼ੋਲਵ ਹੋ ਰਹੇ ਹਨ ਤੇ ਉਹ ਸੰਸਥਾ ਕਿਹੜੀ ਹੈ ਜਿਹੜੀ ਦੇ ਵਿੱਚ ਬੈਕਗਰਾਉਂਡ ਅਗਰ ਮੈਂ ਗੱਲ ਕਰਾਂ ਤੇ ਉਹ ਰਿਜ਼ੋਲਵ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅੱਜ ਮੈਂ ਇਹਨਾਂ ਸਾਰੀ ਗੱਲਾਂ ਦੀ ਛਾਣਬੀਨ ਦੇ ਲਈ ਮੈਰੀਲੈਂਡ ਪਹੁੰਚਾ ਜੀ ਮੈਰੀਲੈਂਡ ਦੇ ਵਿੱਚ ਮੈਂ ਤੁਹਾਨੂੰ ਜਿਸ ਸੰਸਥਾ ਦੇ ਬਾਰੇ ਜਾਣੂ ਕਰਾਵਾਂਗਾ ਔਰ ਇਹ ਸੰਸਥਾ ਕਾਫੀ ਲੰਬੇ ਸਮੇਂ ਤੋਂ ਸਿੱਖ ਇਸ਼ੂਜ਼ ਨੂੰ ਸਿੱਖਾਂ ਦੀ ਰਿਕੋਗਨੀਸ਼ਨ ਨੂੰ ਸਿੱਖ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਕਿਵੇਂ ਜਾਣਗੇ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਕਿ ਅਸੀਂ ਆ ਤਾਂ ਗਏ ਆ ਅਮਰੀਕਾ ਦੇ ਵਿੱਚ ਆਪਣੀ ਰਿਕੋਗਨੀਸ਼ਨ ਲਈ ਅਸੀਂ ਬੜੇ سارے ਪ੍ਰੋਗਰਾਮ ਕਰਦੇ ਆਂ ਭਾਵੇਂ ਚੈਰਿਟੀ ਕਰਦੇ ਆਂ ਭਾਵੇਂ ਫੰਡ ਰੇਜ਼ਿੰਗ ਕਰਦੇ ਆਂ ਪਰ ਇੱਕ ਸੰਸਥਾ ਹੈਗੀ ਹੈ ਮੈਰੀਲੈਂਡ ਦੇ ਵਿੱਚ ਔਰ ਜਿਨ੍ਹਾਂ ਨੇ ਬਕਾਇਦਾ ਤੌਰ ਦੇ ਉਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵੀ ਮੀਟਿੰਗ ਕੀਤੀ ਮੈਮੋਰੈਂਡਮ ਉਹਨਾਂ ਨੂੰ ਦਿੱਤਾ ਔਰ ਉਹਨਾਂ ਨੂੰ ਕਈ ਸਾਰੇ ਇਸ਼ੂਜ਼ ਜਿਹੜੇ ਨੇ ਉਹ ਰੱਖੇ ਵੀ ਤੇ ਅੱਜ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਇਸ ਸੰਸਥਾ ਤੋਂ ਮੈਂ ਲਵਾਂਗਾ ਮੈਂ ਤੁਹਾਨੂੰ ਤਾਰੂਫ ਕਰਾਉਣਾ ਚਾਹੁੰਦਾ ਇਸ ਸੰਸਥਾ ਦੇ ਨਾਲ ਮੇਰੇ ਨਾਲ ਮੌਜੂਦ ਹਨ 6 ਆਫ ਅਮਰੀਕਾ ਦੇ ਪ੍ਰਤੀਨਿਧੀ ਜੋ ਅੱਜ ਇਸ ਮੰਚ ਦੇ ਉੱਤੇ ਸਾਡੇ ਨਾਲ ਕਈ ਸਾਰੇ ਸਵਾਲਾਂ ਦੇ ਉੱਤੇ ਜਵਾਬ ਵੀ ਦੇਣਗੇ ਬਕਾਇਦਾ ਤੌਰ ਦੇ ਉੱਤੇ 6 ਆਫ ਅਮਰੀਕਾ ਦੇ ਜਿਹੜੇ ਮੇਨ ਬੋਰਡ ਮੈਂਬਰਸ ਹਨ ਬੋਰਡ ਆਫ ਡਾਇਰੈਕਟਰਸ ਹਨ ਉਹਨਾਂ ਦੇ ਵਿੱਚੋਂ ਇੱਕ ਜਸਦੀਪ ਜੈਸਸ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਉਹਨਾਂ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਕਵਲਜੀਤ ਸਿੰਘ ਸੋਨੀ ਸਾਡੇ ਨਾਲ ਮੇਨ ਪੈਨਲਿਸਟ ਦੇ ਵਜੋਂ ਮੌਜੂਦ ਹਨ ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਕਰਦੇ ਹਾਂ ਤੇ 6 ਆਫ ਅਮਰੀਕਾ ਦੇ ਕਈ ਸਾਰੇ ਮੈਂਬਰਸ ਐਗਜ਼ੀਕਟਿਵ ਮੈਂਬਰਸ ਬੋਰਡ ਆਫ ਡਾਇਰੈਕਟਰਸ ਮੇਰੇ ਨਾਲ ਐਜ਼ ਅ ਗੈਸਟ ਵੀ ਆ ਜੁੜਨਗੇ ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਮੇਰੇ ਨਾਲ ਗੁਰਪ੍ਰੀਤ ਸਿੰਘ ਸੰਨੀ ਜੀ ਮੌਜੂਦ ਹਨ ਉਹਨਾਂ ਦਾ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਬਲਜਿੰਦਰ ਸਿੰਘ ਸ਼ਰਮੀ ਜੀ ਮੌਜੂਦ ਗੁਰਿੰਦਰ ਸਿੰਘ ਸੇਠੀ ਜੀ 인ਦਰਜੀਤ ਸਿੰਘ ਗੁਜਰਾਲ ਜੀ ਮਨਜੀਤ ਸਿੰਘ ਕੈਰੋ ਜੀ ਸਰਪਜੀਤ ਸਿੰਘ ਬਖਸ਼ੀ ਜੀ ਡਾਕਟਰ ਸੁਰਿੰਦਰ ਗਿੱਲ ਜੋ ਕਿ ਸਾਡੇ ਨਾਲ ਮੁੱਦੇ ਦੇ ਵਿੱਚ ਜੁੜੇ ਵੀ ਸੀਗੇ ਤਮਾਮ ਸਵਾਲ ਤੁਸੀਂ ਵੀ ਉਹਨਾਂ ਨੂੰ ਕੀਤੇ ਸੀਗੇ ਤੇ ਅੱਜ ਕਈ ਤਮਾਮ ਸਵਾਲ ਅਸੀਂ ਅੱਜ ਵੀ ਉਹਨਾਂ ਨੂੰ ਕਰਾਂਗੇ ਸਾਡੇ ਨਾਲ ਜੈ ਮੋਦ ਸਿੰਘ ਨੱਬਰ ਜੀ ਵੀ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਸਾਡੇ ਨਾਲ ਦਲਜੀਤ ਸਿੰਘ ਮਲਤਾਨੀ ਜੀ ਵੀ ਮੌਜੂਦ ਹਨ ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ ਹਰਮਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਹਨ ਇੰਡੀਆ ਤੋਂ ਸਪੈਸ਼ਲ ਆਏ ਹਨ ਔਰ ਉਹ ਸ਼ਕਸ਼ੇਤਨ ਜਿਨ੍ਹਾਂ ਨੇ 32 ਕਸ਼ਮੀਰੀ ਕੁੜੀਆਂ ਨੂੰ ਉਹਨਾਂ ਦੇ ਨਿਵਾਸ ਸਥਾਨ ਤੇ ਪਹੁੰਚਾਇਆ ਸੀਗਾ ਜਦ ਉਹ ਬਹੁਤ ਹੀ ਬੁਰੀ ਸਥਿਤੀ ਦੇ ਵਿੱਚ ਜਦ 370 ਧਾਰਾ ਲਾਗੂ ਕੀਤੀ ਗਈ ਸੀਗੀ ਕਸ਼ਮੀਰ ਤੇ ਵਿੱਚ ਤਾਂ ਉਹ ਦੂਜੀ ਸਟੇਟ ਦੇ ਵਿੱਚ ਮੌਜੂਦ ਸੀਗੇ ਤੇ ਅੱਜ ਉਹ ਵੀ ਸਾਡੇ ਨਾਲ ਜੁੜਨਗੇ ਤਮਾਮ ਉਹ ਗੱਲ ਦੱਸਣਗੇ ਕਿ ਕੀ ਕੁਝ ਸਥਿਤੀ ਐਸ ਟਾਈਮ ਪਾਰਟ ਦੇ ਵਿੱਚ ਬਣੀ ਹੋਈ ਹੈ ਤੇ 6 ਆਫ ਅਮਰੀਕਾ ਕਿਸ ਤਰੀਕੇ ਨਾਲ ਉਹਨਾਂ ਦੀ ਮਦਦ ਕਰੇਗੀ ਜਾਂ ਫਿਰ ਜਿਹੜੀ ਮਾਈਨੋਰਟੀਜ਼ ਅੱਜ ਉੱਥੇ ਅਨਸੇ ਫੀਲ ਕਰ ਰਹੀ ਹੈ ਉਹ ਕਿਸ ਤਰੀਕੇ ਨਾਲ ਵਚਨਬੰਦ ਹੋਣਗੇ ਤੇ ਮੇਰੇ ਨਾਲ ਮੌਜੂਦ ਹਨ ਅੱਜ ਸਾਜੀਦ ਤਰਾਰ ਜੀ ਜੋ ਕਿ ਮੁਸਲਿਮਸ ਆਫ ਟਰੰਪ ਨੂੰ ਰਿਪਰੈਜ਼ੈਂਟ ਕਰਦੇ ਹਨ ਔਰ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਇੱਕ ਵੱਡਾ ਇਹਨਾਂ ਨੇ ਆਪਣਾ ਬਕਾਇਦਾ ਇੱਕ ਆਪਣੀ ਜਗ੍ਹਾ ਬਣਾਈ ਔਰ ਜਦ ਕਰਤਾਰਪੁਰ ਕੋਰੀਡੋਰ ਦੀ ਗੱਲ ਆndi ਹੈ ਸਾਜਿਦ ਤਰਾਰ ਹਮੇਸ਼ਾ ਵਚਨਬੰਦ ਹੋਏ ਹਨ 6 ਆਫ ਅਮਰੀਕਾ ਦੇ ਨਾਲ ਕੰਦੇ ਦੇ ਨਾਲ ਕੰਦਾ ਮਿਲਾ ਕੇ ਖੜੇ ਹੋਏ ਹਨ ਤੇ ਅੱਜ ਉਹਨਾਂ ਦਾ ਵੀ ਅਸੀਂ ਨਿੱਘਾ ਸਵਾਗਤ ਕਰਦੇ ਆਂ ਤੇ ਉਹ ਵੀ ਸਾਡੇ ਨਾਲ ਮੌਜੂਦ ਹਨ ਜਸਦੀਪ ਜੀ ਸਭ ਤੋਂ ਪਹਿਲਾ ਸਵਾਲ ਮੈਂ ਜਸੀ ਜੀ ਤੁਹਾਡੇ ਤੋਂ ਕਰਨਾ ਚਾਹਾਂਗਾ 6 ਆਫ ਅਮਰੀਕਾ ਮਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਾਊ ਵਾਸ ਯੂਅਰ ਮੀਟਿੰਗ ਐਂਡ ਵਟ ਕਾਈਂਡ ਆਫ ਯੂ ਨੋ ਸੱਫ ਯੂ ਹੈਡ ਵਿਦ ਹਿਮ ਐਂਡ ਕੀ ਕੀ ਗੱਲਾਂ ਹੋਈਆਂ ਉਹਨਾਂ ਦੇ ਨਾਲ ਔਰ ਕੀ ਕੁਝ ਹੋਣ ਵਾਲਾ ਹੁਣ ਅੱਗੇ ਕਮਿਊਨਿਟੀ ਦੇ ਲਈ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਕੇ ਜਾਵਾਂਗਾ ਅਸੀਂ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲੀ ਵਾਰੀ ਨਹੀਂ ਮਿਲੇ 2019 ਵਿੱਚ ਅਸੀਂ ਪਹਿਲੀ ਵਾਰੀ ਉਹਨਾਂ ਨੂੰ 2014 ਵਿੱਚ ਮਿਲੇ ਸੀ। ਔਰ ਨਿਊਯਾਰਕ ਵੀ ਜਦੋਂ ਆਏ ਸੀ ਉੱਥੇ ਉਹਨਾਂ ਦੇ ਹੋਟਲ ਵਿੱਚ ਅਸੀਂ ਸਾਡਾ ਇੱਕ ਵਫਦ ਗਿਆ ਸੀ ਉਹਨਾਂ ਨੂੰ ਮਿਲਿਆ ਸੀ ਤੇ ਅਸੀਂ ਉਹਨਾਂ ਨੂੰ ਉਸ ਵੇਲੇ ਇੱਕ ਮੈਮੋਰੰਡਮ ਦਿੱਤਾ ਸੀ ਜਿਹਦੇ ਵਿੱਚ ਕਿ ਕਈ ਮੰਗਾਂ ਸਨ ਜਿਹੜੇ ਕਿ ਇਨਕਲੂਡਡ ਜਿਹੜੇ ਸਾਡੇ ਕਾਲ ਬਲੈਕਲਿਸ ਸੀ ਜਿਹੜੇ ਵੀਜ਼ੇ ਦੇ ਮਸਲੇ ਸਨ ਜਿਹੜੇ ਸਾਡੇ ਸਿੱਖ ਹਾਲੀ ਵੀ ਜੇਲਾਂ ਵਿੱਚ ਇੰਡੀਆ ਵਿੱਚ ਰਹਿ ਰਹੇ ਨੇ ਉਹ ਸਾਰੇ ਮਸਲੇ ਅਸੀਂ 2014 ਵਿੱਚ ਚੁਕੇ ਸੀ। ਜਿਹੜੀ 84 ਰਾਈਟਸ ਦੇ ਜਿਹੜੇ ਕੇਸਸ ਖੁਲਵਾਣੇ ਉਸ ਵੇਲੇ ਐਸਆਈਟੀ ਨਹੀਂ ਖੋਲੀ ਗਈ ਸੀ ਅਸੀਂ ਉਸ ਵੇਲੇ ਸਾਰੀਆਂ ਮੰਗਾਂ ਉਹਨਾਂ ਦੇ ਅੱਗੇ ਰੱਖੀਆਂ ਸੀ ਪੂਰੇ ਮੇਰੇ ਨਾਲ ਸੋਨੀ ਸਾਹਿਬ ਸਾਡਾ ਪੂਰਾ ਡੈਲੀਗੇਸ਼ਨ ਗਿਆ ਸੀ ਔਰ ਉਹਨਾਂ ਨੇ ਬੜੇ ਹੀ ਖੁੱਲੇ ਦਿਲ ਨਾਲ ਉਸ ਵੇਲੇ ਸਾਡੀਆਂ ਗੱਲਾਂ ਮੰਨੀਆਂ ਸੀ ਸੁਣੀਆਂ ਸੀ ਔਰ ਉਸ ਤੋਂ ਬਾਅਦ ਵੀ ਅਸੀਂ ਕਈ ਵਾਰੀ ਇੰਡੀਆ ਗਏ ਰਾਜਨਾਥ ਸਿੰਘ ਹੋਮ ਮਿਨਿਸਟਰ ਸਨ ਉਹਨਾਂ ਨੂੰ ਮਿਲੇ ਔਰ ਕਈ ਆਪਣੀਆਂ ਗੱਲਾਂ ਉਹਨਾਂ ਨੂੰ ਦੱਸਦੇ ਰਹੇ ਏ ਜਦੋਂ ਹੁਣ ਸਾਡੀ ਮੀਟਿੰਗ ਹੋਈ ਹੈ ਉਹਦੇ ਵਿੱਚ ਅਸੀਂ ਇਹ ਦੇਖਿਆ ਕਿ 2014 ਤੋਂ ਹੁਣ ਤੱਕ ਕਾਫੀ ਸਾਡੀਆਂ ਮੰਗਾਂ ਜਿਹੜੀਆਂ ਸਨ ਉਹ ਮੰਨੀਆਂ ਗਈਆਂ ਸਿੱਖਾਂ ਦੀਆਂ ਐ ਐਸਆਈਟੀ ਖੋਲੀ ਗਈ ਜਿਹੜੇ ਆਪਣੇ 84 ਦੇ ਜੈਨੋਸਾਈਡ ਸੀ ਸਿੱਖਾਂ ਦਾ ਉਹਦੇ ਵਿੱਚ ਸਜਨ ਕੁਮਾਰ ਨੂੰ ਉਮਰ ਉਮਰਕਾ ਦੀ ਸਜ਼ਾ ਹੋਈ ਹੈ ਹੋਰ ਕੇਸਸ ਖੁੱਲ ਰਹੇ ਨੇ ਕਾਲੀ ਸੂਚੀ ਖਤਮ ਹੋਈ ਹੈ ਔਰ ਜਦ ਹੁਣ ਅਸੀਂ ਮਿਲੇ ਤਾਂ ਮੈਂ ਜਦ ਉਹਨਾਂ ਨੂੰ ਇੱਕ ਕਿਸਮ ਦਾ ਉਹਨਾਂ ਦਾ ਧੰਨਵਾਦ ਕਰ ਰਿਹਾ ਸੀ ਤੇ ਉਹਨਾਂ ਨੂੰ ਯਾਦ ਦਿਲਾਇਆ ਕਿ ਕੁਸੀਂ ਆ ਕਈ ਸਾਡੀਆਂ ਮੰਗਾ ਮੰਨੀਆਂ ਨੇ ਉਸ ਵੇਲੇ ਉਹਨਾਂ ਨੂੰ ਕਿਹਾ ਵੀ ਇੱਕ ਖਾਲੀ ਰਹਿੰਦੀ ਹੈ ਜਿਹੜੀ ਕਿ ਤੁਸੀਂ ਜਲਦੀ ਉਹ ਤੁਹਾਨੂੰ ਖਬਰ ਆਏਗੀ ਔਰ ਉਹ ਇੰਡੀਆ ਪਹੁੰਚੇ ਨੇ ਤੇ ਉਸ ਤੋਂ ਅਗਲੇ ਦਿਨ ਹੀ ਖਬਰ ਆਈ ਕਿ 22 ਸਾਡੇ ਜਿਹੜੇ ਸਿੱਖ ਕਈ ਸਾਲਾਂ ਤੋਂ ਜੇਲਾਂ ਵਿੱਚ ਸੀ ਤਾੜਾ ਐਕਟ ਦੇ ਅੰਦਰ ਉਹਨਾਂ ਨੂੰ ਰਿਹਾ ਕੀਤਾ ਜਾਏਗਾ ਉਹਨਾਂ ਵਿੱਚੋਂ ਮੇਰੇ ਖਿਆਲ ਦੋ ਤਿੰਨ ਦੀ ਰਿਹਾਈ ਹੋ ਵੀ ਚੁੱਕੀ ਹੈ ਔਰ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਕੌਮੇ ਫਕਰ ਰਜਵਾਨਾ ਜੀ ਨੇ ਉਹਨਾਂ ਦੀ ਉਹਨਾਂ ਨੇ ਜਿਹੜੀ ਉਮਰ ਕਿ ਜਿਹੜੀ ਫਾਂਸੀ ਦੀ ਸਜ਼ਾ ਸੀ ਉਹਨਾਂ ਨੂੰ ਗਵਰਨਮੈਂਟ ਨੇ ਉਮਰ ਕਿਹਾ ਦੀ ਸਜਾਵਟ ਕੀਤਾ ਇਹ ਇੱਕ ਮੈਂ ਕਹਿੰਨਾ ਬੜਾ ਹੀ ਹੀਲਿੰਗ ਟੱਚ ਸੀ ਇਹਦੇ ਐਡੀਸ਼ਨ ਵਿੱਚ ਅਸੀਂ ਇਸ ਵਾਰੀ ਉਹਨਾਂ ਨੂੰ ਹੋਰ ਵੀ ਕਈ ਗੱਲਾਂ ਉਹਨਾਂ ਦੇ ਅੱਗੇ ਰੱਖੀਆਂ ਨੇ ਇੱਕ ਅਸੀਂ ਉਹਨਾਂ ਨੂੰ ਕਿਹਾ ਕਿ 550 ਸਾਲਾ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸਾਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਉਹਨ ਸਿਰਫ ਸਾਡੇ ਸਿੱਖਾਂ ਦੇ ਨਹੀਂ ਬਲਕਿ ਪੂਰੀ ਦੁਨੀਆ ਦੇ ਪੈਗੰਬਰ ਬਣ ਚੁਕੇ ਨੇ ਤੇ ਉਹਨਾਂ ਦੀ ਯਾਦ ਵਿੱਚ ਜਿਹੜਾ ਦਿੱਲੀ ਦਾ 에어ਪੋਰਟ ਹੈ ਉਹਦਾ ਨਾਂ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੋਂ ਹਟਾ ਕੇ ਤੇ ਗੁਰੂ ਨਾਨਕ ਦੇਵ इंटरनेशनल एयरपोर्ट ਕੀਤਾ ਜਾਏ ਨਾਲ ਹੀ ਜਿਹੜੀ ਸਿੱਖਾਂ ਦੀ ਬੜੀ ਲੰਮੀ ਮੰਗ ਚੱਲੀ ਆ ਰਹੀ ਹੈ ਆਰਟੀਕਲ 25 ਬੀ ਦੀ ਜਿਹਦੇ ਵਿੱਚ ਕੀ ਸਿੱਖਾਂ ਸਿੱਖਾਂ ਨੂੰ ਇੱਕ ਅਲੱਗ ਧਰਮ ਮੰਨਿਆ ਜਾ ਇੰਡੀਆ ਵਿੱਚ ਉਹ ਸਾਡੇ ਪ੍ਰਧਾਨ ਸਰ ਸੋਨੀ ਜੀ ਨੇ ਵੀ ਉਹਨਾਂ ਨੂੰ ਮੈਮੋਰੰਡਮ ਵਿੱਚ ਸਾਰਾ ਐਕਸਪਲੇਨ ਕੀਤਾ ਤੇ ਇਹ ਕਈ ਮੰਗਾ ਅਸੀਂ ਅੱਗੇ ਰੱਖੀਆਂ ਨੇ ਬਟ ਓਵਰ ਆਲ ਸਾਡੀ ਮੀਟਿੰਗ ਬਹੁਤ ਹੀ ਕੱਚੀ ਮੀਟਿੰਗ ਸੀ ਔਰ ਕਾਫੀ ਮੈਂ ਇੰਡੀਅਨ ਗਵਰਨਮੈਂਟ ਤੇ ਮੋਦੀ ਜੀ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਸਿੱਖਾਂ ਦੀਆਂ ਕਾਫੀ ਮੰਗਾਂ ਹੁਣ ਤੱਕ ਮੰਨੀਆਂ ਜੀ ਮਿਸਟਰ ਸੋਨੀਆ I would like to have गो your गो opening comments on this please ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਸਾਡੀ ਮੀਟਿੰਗ ਜਸ ਜਸ ਲਾਈਕ ਜਸਜੀਤ ਸਿੰਘ ਐਕਟ 2014 ਵਿੱਚ ਸਾਡੀ ਮੁਹਿੰਮ ਸ਼ੁਰੂ ਹੋਈ ਸੀ ਤੇ ਜਿਹੜੇ ਜਿਹੜੀਆਂ ਚੀਜ਼ਾਂ ਦਿੱਤੀਆਂ ਸੀ ਉਹਨੋਂ ਅੱਗੇ ਕੇ ਚਲਦਿਆਂ ਚਲਦਿਆਂ ਬਾਕੀ ਅਸੀਂ ਇਸ ਕੀ ਮੀਟਿੰਗ ਵਿੱਚ ਜਿਹੜੇ ਅਸੀਂ ਹੁਣ ਹਿਊਸਟਨ ਮਿਲਿਆ ਸਾਡਾ ਮਕਸਦ ਇਹ ਸੀ ਕਿ ਉਹਨਾਂ ਨੂੰ ਧੰਨਵਾਦ ਕਰੀਏ ਤੇ ਅੱਗੋਂ ਜਿਹੜੀਆਂ ਹੋਰ ਮੰਗਾ ਮਕਾਵਾਂਗਾ ਜਾਂ ਰਿਕੁਐਸਟ ਕਰਾਂਗਾ ਕਿਉਂਕਿ ਉਹ ਮੰਨਣ ਵਾਸਤੇ ਤੇ ਤਿਆਰ ਹਨ ਉਹ ਸਾਰੀਆਂ ਮੰਨ ਰਹੇ ਨੇ ਤੇ ਇਹਨਾਂ ਨੂੰ ਅਸੀਂ ਇੱਕ ਮੈਮੋਰੰਡਮ ਦੇ ਤੌਰ ਤੇ ਉਹਨਾਂ ਨੂੰ ਲਿਖ ਕੇ ਦਿੱਤਾ ਕਿ ਜਿਹੜਾ ਕਿ ਸਾਰੇ ਮੁੱਦੇ ਜੱਸੀ ਜੀ ਨੇ ਐਕਸਪਲੇਨ ਕੀਤੇ ਹਨ ਅਸਾਲੀ ਦਾ ਮੁੱਦਾ ਸੀ ਉਹ ਐਸਾਲਮ ਦਾ ਮੁੱਦਾ ਵੀ ਹੁਣ ਕੱਲ ਤੁਸੀਂ ਕਹਿ ਰਹੇ ਹੋ ਕਿ ਐਮਬੈਸਡਰ ਟੀਵੀ ਦੇ ਉੱਤੇ ਆਏ ਸੀ ਤੁਹਾਡੇ ਨਾਲ ਔਰ ਉਹਨਾਂ ਨੇ ਕਿਹਾ ਕਿ ਆ ਕੇ ਤੁਸੀਂ ਬੇਸ਼ੱਕ ਅਪਲਾਈ ਕਰੋ ਤੇ ਸਾਰਿਆਂ ਦਾ ਸਾਰੇ ਨੂੰ ਵੀਜ਼ਾ ਮਿਲੇਗਾ ਪਾਸਪੋਰਟ ਮਿਲੇਗਾ ਜੋ ਵੀ ਇਹ ਇਹ ਸਾਡਾ ਇੱਕ ਇਹ ਮੁੱਦਾ ਸ਼ੁਰੂ ਤੋਂ ਹੀ ਸੀ ਔਰ ਅਸੀਂ ਉਹਨੂੰ ਕਨਸਟੈਂਟਲੀ ਫਾਲੋ ਅਪ ਕਰਦੇ ਆ ਇੱਥੇ ਵੀ ਹੋਮ ਮਿਨਿਸਟਰੀ ਨਾਲ ਵੀ ਪ੍ਰਾਈਮ ਮਿਨਿਸਟਰ ਨਾਲ ਦਿੱਲੀ ਵੀ ਸਾਨੂੰ ਜਦੋਂ ਵੀ ਮੌਕਾ ਮਿਲਿਆ ਅਸੀਂ ਇਹਨਾਂ ਦੇ ਦਫ਼ਤਰ ਖਾਲੀ ਇਹਨਾਂ ਚੀਜ਼ਾਂ ਵਾਸਤੇ ਗਏ ਸਾਨੂੰ ਕੋਈ ਪਰਸਨਲ ਗੱਲ ਨਹੀਂ ਸੀ ਸੋ ਇਹ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਡੀਆਂ ਗੱਲਾਂ ਸੁਣ ਰਹੇ ਹਨ ਔਰ ਉਸਤੇ ਅਮਲ ਕਰ ਰਹੇ ਹਨ ਇਹ ਸਾਡਾ ਸਿੱਖਾਂ ਦਾ ਸਾਰੀ ਕਮਿਊਨਿਟੀ ਦਾ ਮਾਣ ਹੈ ਕਿ ਇਹ ਅਸੀਂ ਉਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਅਸੀਂ ਬੜੇ ਕੇਅਰਫੁਲ ਆ ਕਿ ਸਾਡੇ ਕੋਲੋਂ ਕੋਈ ਐਸੀ ਭੁੱਲ ਚੁੱਕ ਨਾ ਹੋ ਜਾਏ ਜਿਹੜੀ ਕਿ ਸਾਡੀ ਕੌਮ ਸਾਨੂੰ ਪੁੱਛੇ ਕਿ ਤੁਸੀਂ ਇਹ ਕਿਉਂ ਕੀਤਾ ਅੱਜੇ ਤੱਕ ਅਸੀਂ ਸਭ ਸਹੀ ਕਰ ਰਹੇ ਹਾਂ ਆਰਟੀਕਲ 25 ਦਾ ਜਿਹੜਾ ਅਸੀਂ ਦਿੱਤਾ ਹੈ ਕਿ ਸਿੱਖ ਧਰਮ ਨੂੰ ਇੱਕ ਸੈਪਰੇਟਰ ਧਰਮ ਮੰਨਿਆ ਜਾਏ ਅਸੀਂ ਕੋਈ ਵੱਖਰੇ ਹੋਣ ਦੀ ਗੱਲ ਨਹੀਂ ਕਰ ਰਹੇ ਪੁਰਤਗਾਰਿਆਂ ਵਿੱਚ ਫੇਰ ਵੀ ਸਾਰੇ ਆਉਣਗੇ ਮੰਦਰਾਂ ਵਿੱਚ ਫੇਰ ਸਾਰੇ ਜਾਣਗੇ ਇੱਕ ਸਿਰਫ ਉਹਦਾ ਕੋਈ ਫਰਕ ਨਹੀਂ ਅਸੀਂ ਇੱਕ ਇੰਟਰਨੈਸ਼ਨਲ ਤੌਰ ਤੇ ਅਸੀਂ ਇਹ ਕਹਿਣਿਆ ਕਿ ਹੁਣ ਖਾਲੀ ਅਸੀਂ ਇੰਡੀਆ ਵਿੱਚ ਨਹੀਂ ਆ ਪ੍ਰਧਾਨ ਮੰਤਰੀ ਚ ਅਸੀਂ ਸਾਰੀ ਦੁਨੀਆ ਵਿੱਚ ਆ ਤੇ ਸਾਨੂੰ ਇੱਕ ਆਪਣੀ ਆਈਡੈਂਟਿਟੀ ਸਾਨੂੰ ਚਾਹੀਦੀ ਹੈ ਕਿ ਸਾਡਾ ਧਰਮ ਵੱਖਰਾ ਹੈ ਅਸੀਂ ਕੋਈ ਵੱਖਰੇ ਹੋਣ ਦੀ ਨਹੀਂ ਗੱਲ ਕਰ ਰਹੇ ਔਰ ਇਹਦੇ ਵਿੱਚ ਕੋਈ ਦੋ ਦੋ ਵਿਧਾਨੀ ਇਸ ਨੂੰ ਭਾਵੇਂ ਜੋ ਮਰਜੀ ਕੁਝ ਬੰਦੇ ਕਿਤੇ ਕਿਤੇ ਖਿੱਚ ਕੇ ਲੈ ਜਾਣ ਮੈਂ ਇਸੇ ਐਗਰੀ ਨਹੀਂ ਕਰਦਾ ਅਸੀਂ ਸਿਰਫ ਤਾਂ ਅਮ ਦੀ ਆਇਡੈਂਟੀਟੀ ਮੰਗ ਰਹੇ ਹਾਂ ਸੋ ਉਹਦੇ ਉੱਤੇ ਉਹਨਾਂ ਨੇ ਕਿਹਾ ਕਿ ਇਸ ਉੱਤੇ ਵੀ ਦੇਖਾਂਗੇ ਕਿਉਂਕਿ ਉਹਨਾਂ ਲਾਈਨ ਬਾਈ ਲਾਈਨ ਮੈਂ ਉਹਨੂੰ ਪੜਾਇਆ ਮੈਂ ਕਿ ਇਸ ਉੱਤੇ ਤੁਸੀਂ ਹੁਣ ਜ਼ਿਆਦਾ ਗੌਰ ਦੇਣਾ ਬਾਕੀ ਹੋਰ ਤੁਸੀਂ ਜਿਹੜੇ ਗੱਲਾਂ ਪੁੱਛਣੀਆਂ ਤੁਸੀਂ ਬਿਲਕੁਲ ਸੋਨੀ ਜੀ ਐਂਡ ਜੈਸੀ ਜੀ ਮੇਰੇ तमाम ਸਵਾਲ ਨੇ ਕਈ ਸਾਰੇ ਅਲੀਗੇਸ਼ਨਸ ਸਿਕਸ ਆਫ ਅਮਰੀਕਾ ਦੇ ਉੱਤੇ ਵੀ ਲੱਗਦੇ ਹਨ ਕਿ ਇਹ ਪੋਲਿਟਿਕਲ ਅਜੰਡਾ ਇਹਨਾਂ ਦਾ ਹੈਗਾ ਐਂਡ ਸਿਆਸੀ ਰੋਟੀਆਂ ਤੁਹਾਡਾ ਜਿਹੜੀ ਸੰਸਥਾ ਹੈਗੀ ਉਸੇਕਦੀ ਹੈ ਔਰ ਆਰਐਸਐਸ ਦੇ ਜੁੰਡੇ ਨੇ ਤੁਸੀਂ ਅੱਗੇ ਲੈ ਕੇ ਜਾ ਰਹੇ ਹੋ ਬੀਜੇਪੀ ਦੇ ਨਾਲ ਤੁਹਾਡੀ ਪਾਈਵਾਲ ਹੈਗੀ ਹੈ देयर आर लॉट्स ਆਫ ਅਲਿਗੇਸ਼ਨਸ ਗੋਇੰਗ ਅਰਾਊਂਡ ਔਨ ਯੂਰ ਆਰਗੇਨਾਈਜੇਸ਼ਨ ਸੋ ਉਹ ਤਮਾਮ ਸਵਾਲ ਮੈਂ ਜ਼ਰੂਰ ਤੁਹਾਡੇ ਤੋਂ ਲੈਣਾ ਚਾਹਾਂਗਾ ਫਿਲਹਾਲ ਮੈਨੂੰ ਇੱਥੇ ਸਮਝ ਜਿਹੜਾ ਉਹ ਰੁਕ ਰਿਹਾ ਹੈਗਾ ਇੱਕ ਕਮਰਸ਼ੀਅਲ ਬ੍ਰੇਕ ਲਈ ਔਰ ਜਦ ਮੈਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਲਵਾਂਗਾ ਇਹਨਾਂ ਸਵਾਲਾਂ ਦਾ ਜਵਾਬ ਮਿਲਦੇ ਆ ਬ੍ਰੇਕ ਤੋਂ ਬਾਅਦ ਇਹ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਗਰਲਸ ਸੈਕਸ ਆਫ ਅਮਰੀਕਾ ਦੇ ਵਫਦ ਦੇ ਨਾਲ ਹੋ ਰਹੀ ਹੈ ਤੇ ਜੈਸੀ ਸਿੰਘ ਹੋ ਰਹਾ ਤਾਂ ਮੈਂ ਸਵਾਲ ਕੀਤਾ ਸੀਗਾ ਕਿ ਕਈ ਸਾਰੇ ਅਲੀਗੇਸ਼ਨ 6 ਆਫ ਅਮਰੀਕਾ ਦੇ ਉੱਤੇ ਲੱਗਦੇ ਹਨ ਔਰ ਉਹਨਾਂ ਵਿੱਚੋਂ ਸਭ ਤੋਂ ਵੱਡਾ ਅਲੀਗੇਸ਼ਨ ਹੈ ਕਿ ਇਹ ਮੋਦੀ ਸਰਕਾਰ ਦੇ ਏਜੰਡੇ ਨੂੰ ਅੱਗੇ ਲੈ ਕੇ ਜਾ ਰਹੀ ਹੈ ਆਰਐਸਐਸ ਦੇ ਏਜੰਡੇ ਨੂੰ ਅੱਗੇ ਲੈ ਕੇ ਜਾ ਰਹੀ ਹੈ ਔਰ ਇਹਨਾਂ ਦੇ ਪੋਲੀਟੀਕਲ ਏਜੰਡੇ ਹਨ 6 ਆਫ ਅਮਰੀਕਾਸ ਦੇ ਸੋ ਆਈ ਵੁੱਡ ਲਾਈਕ ਟੂ ਨੋ ਮੈਨੂੰ ਬਹੁਤ ਸੀਗਾ ਕਿ ਮੈਂ 6 ਆਫ ਅਮਰੀਕਾ ਅਗਰ ਇੰਨਾ ਕੰਮ ਕਰ ਰਹੀ ਹੈ ਤੇ ਫਿਰ ਜਿਹੜੇ ਅਲੀਗੇਸ਼ਨ ਲੱਗਦੇ ਹਨ ਤੇ ਮੈਂ ਜ਼ਮੀਨੀ ਪੱਧਰ ਤੇ ਆ ਕੇ ਜਾਨਣਾ ਚਾਹੁੰਦਾ ਸੀਗਾ ਦੈਟਸ ਵਾਈ ਆਮ ਹੇਅਰ ਸੋ ਜੈਸੀ ਜੀ ਆਈ ਵੁੱਡ ਲਾਈਕ ਟੂ ਨੋ ਅ ਜੋ ਸਿੱਖ ਆਫ ਅਮਰੀਕਾ ਇਸ ਅ ਨਾਨ ਪੋਲਿਟিক্যাল ਬਾਈ ਪਾਰਟਿਜ਼ਨ ਆਰਗੇਨਾਈਜੇਸ਼ਨ ਥੈਟ ਵਾਸ ਪ੍ਰਾਇਮਰਲੀ ਅਸੀਂ ਨੂੰ ਸਟਾਰਟ ਕੀਤਾ ਸੀ ਕਿ ਜਿਹੜੇ ਸਿੱਖ ਮਸਲੇ ਨੇ ਇਖਤੇ ਇਹਨਾਂ ਨੂੰ ਅੱਗੇ ਲੈ ਕੇ ਆਈਏ ਤੇ ਜਿਹੜੀ ਸਿੱਖਾਂ ਦੀ ਅਮਰੀਕਾ ਵਿੱਚ ਕੰਟਰੀਬਿਊਸ਼ਨ ਹੈ ਅੱਜ ਸਿੱਖ ਕੌਮ ਇਥੇ ਇਨੀ ਸਕਸੈਸਫੁਲ ਹੈ ਔਰ ਇਨਾ ਕੁਝ ਅਸੀਂ ਇਸ ਕੰਟਰੀ ਵਿੱਚ ਅਮਰੀਕਾ ਵਿੱਚ ਯੋਗਦਾਨ ਪਾ ਰਹੇ ਹਾਂ ਕੈਨੇਡਾ ਵਿੱਚ ਅਸੀਂ ਇਨਾ ਯੋਗਦਾਨ ਪਾ ਰਹੇ ਹਾਂ ਤੇ ਸਾਡਾ ਮੇਨ ਮਕਸਦ ਇਹ ਸੀ ਕਿ ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨਸ ਨੇ ਉਹਨੂੰ ਮੇਨਸਟ੍ਰੀਮ ਤੇ ਲੈ ਕੇ ਆਈਏ ਕਿਵੇਂ ਅਸੀਂ ਇੱਥੇ ਦੇ ਜਿਹੜੇ ਗੋਰੇ ਨੇ ਜਿਹੜੇ ਇੱਥੇ ਦੇ ਲੋਕਲ ਲੋਗ ਨੇ ਇਹਨਾਂ ਨੂੰ ਦਸੀਏ ਬਈ ਵਾਟ ਵੀ ਸਿਕਸ ਆਰ ਡੂਇੰਗ ਇਸ ਕਰਕੇ ਅਸੀਂ ਇਹਨਾਂ ਦੇ ਜਿਹੜੇ 4th ਆਫ ਜੁਲਾਈ ਹੁੰਦਾ ਹੈ ਉਸ ਵੇਲੇ ਇਹਨਾਂ ਦੀ ਜਿਹੜੀ ਨੈਸ਼ਨਲ ਡੇ ਪਰੇਡ ਹੈ ਉਹਦੇ ਵਿੱਚ ਅਸੀਂ ਸਿੱਖ ਸਿੱਖ ਸਾਡਾ ਸਿਕਸ ਆਫ ਅਮਰੀਕਾ ਹਿੱਸਾ ਲੈਂਦਾ ਜਦੋਂ 1 ਲੱਖ ਅ ਅਮਰੀਕਨਸ ਬੈਠੇ ਹੁੰਦੇ ਨੇ ਤੇ ਅਸੀਂ ਉੱਥੇ ਅਮਰੀਕਨ ਕਲਰਸ ਵਿੱਚ ਡਰੈਸ ਅਪ ਹੋ ਕੇ ਅਮਰੀਕਨ ਫਲੈਗਸ ਚੁੱਕ ਕੇ ਤੇ ਜਦੋਂ ਮਾਰਚ ਕਰਦੇ ਆ ਸਾਡੇ ਨਾਲ ਯੂਐਸ ਆਰਮੀ ਚ ਜਿਹੜੇ ਸਾਡੇ ਸਿੱਖ ਭਰਾ ਨੇ ਮੇਜਰ ਕਲਸੀ ਨੇ ਔਰ ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਈ ਕਿ ਸੰਦੀਪ ਤਾਲੀਵਾਲ ਡੈਪਟੀ ਸ਼ੇਰਫ ਜਿਨ੍ਹਾਂ ਨੇ ਕੀ ਆਪਣੀ ਸ਼ਹੀਦੀ ਦੇ ਦੇ ਨਾਲ ਸਾਡੀ ਕੌਮ ਦਾ ਨਾਂ ਇੰਨਾ ਉੱਚਾ ਕੀਤਾ ਉਹ 2 ਸਾਲ ਪਹਿਲੇ ਸਾਡੀ ਪਰੇਡ ਵਿੱਚ ਸਾਡੇ ਨਾਲ ਤੁਰੇ ਸੀ ਤੇ ਅਸੀਂ ਇਹ ਹੈ ਜੇ ਜਿਹੜੀ ਕੌਮ ਦੇ ਸ਼ਖਸੀਅਤਾਂ ਨੇ ਉਹਨਾਂ ਨੂੰ ਅੱਗੇ ਲੈ ਕੇ ਆਂਦੇ ਆ ਤੇ ਮੇਨਸਟ੍ਰੀਮ ਅਮਰੀਕਾ ਨੂੰ ਦੱਸਦੇ ਆ ਵੀ ਸਿੱਖਾਂ ਦਾ ਕਿੰਨਾ ਕਿੱਥੇ ਯੋਗਦਾਨ ਹੈ ਜਿਹੜੀ ਯੰਗ ਸਾਡੀ ਪਨੀਰੀ ਇਹਨਾਂ ਨੂੰ ਅੱਗੇ ਲੈ ਕੇ ਆਉਂਦੇ ਆ ਅਮਰੀਕਨ ਪੋਲਿਟੀਕਲ ਸਿਸਟਮ ਵਿੱਚ ਪਾਵੇਂ ਡੈਮੋਕ੍ਰੇਟਸ ਹੋਣ ਪਾਵੇਂ ਰਿਪਬਲਿਕਨਸ ਹੋਣ ਵੀ ਵਾਂਟ ਸਿੱਖ ਜਿਹੜੇ ਅਮਰੀਕਾ ਵਿੱਚ ਆ ਅਸੀਂ ਅੱਗੇ ਆਈਏ ਮੈਂ ਖਾਲਸਾਡੇ ਪ੍ਰੇਡ ਸਿੱਖ ਦੇ ਪ੍ਰੇਡ ਮੈਂ ਉਹਦੇ ਪੂਰਾ ਫੇਵਰ ਚਾ ਪਰ ਉਹ ਅਸੀਂ ਆਪਣੇ ਆਪ ਹੀ ਚੀ ਕਰਕੇ ਔਰ ਆਪਣੇ ਆਪ ਨੂੰ ਖੁਸ਼ ਕਰਕੇ ਕਾਰ ਚੱਲੇ ਜਾਂਦੇ ਆ ਜਬ ਜਿਹੜੀ ਸਾਡੀ ਪ੍ਰੇਡ ਹੈ ਉਹ ਸਾਨੂੰ ਸ਼ੋਕੇਸ ਕਰਦੀ ਏ ਅਮਰੀਕਨ ਪਬਲਿਕ ਵਿੱਚ ਸੇਮ ਵੇ ਅਸੀਂ ਸਿੱਖਾਂ ਦੀ ਕਿਤੇ ਵੀ ਹੋਏ ਹੁਣ 2.2 ਕਰੋੜ ਸਿੱਖ ਇੰਡੀਆ ਵਿੱਚ ਰਹਿੰਦਾ ਹੈ 75000 ਸਿੱਖ ਆ ਪਾਕਿਸਤਾਨ ਚ ਰਹਿੰਦਾ ਹੈ ਹਾਫ ਅ ਮਿਲੀਅਨ ਸਿੱਖ ਅਮਰੀਕਾ ਚ ਰਹ ਰਿਹਾ ਹੈ ਵੀ ਵਾਂਟ ਕਿ ਅਸੀਂ ਸਾਰਿਆਂ ਦੀ ਇੱਥੇ ਆਵਾਜ਼ ਬਣੀਏ ਕਿਦਰੇ ਵੀ ਮਸਲਾ ਹੋ ਰਿਹਾ ਹੋਵੇ ਤੇ ਉਹਦੇ ਉੱਥੇ ਸਿਕਸ ਆਫ ਅਮਰੀਕਾ ਪਹੁੰਚ ਕੇ ਸਿੱਖ ਇਸ਼ੂਸ ਨੂੰ ਚੁੱਕੇ ਆ ਤੁਸੀਂ ਗੱਲ ਕਹੀ ਕਿ ਅਸੀਂ ਸਾਡੇ ਉੱਪਰ ਕਈ ਇਲਜ਼ਾਮ ਲੱਗ ਰਹੇ ਨੇ ਹੁਣ ਜੇ ਸਿਕਸ ਆਫ ਅਮਰੀਕਾ ਜਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਦਾ ਹੈ ਜਾਂ ਇੰਡੀਅਨ ਗਵਰਨਮੈਂਟ ਨੂੰ ਮਿਲਦਾ ਹੈ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਰਐਸਐਸ ਹੋ ਗਏ ਹਾਂ ਇਹ ਅਸੀਂ ਬੀਜੇਪੀ ਹੋ ਗਏ ਹਾਂ ਕੱਲ ਨੂੰ ਹੋ ਸਕਦਾ ਹੈ ਕਾਂਗਰਸ ਦੀ ਗਵਰਨਮੈਂਟ ਆ ਜਾਏ ਜਾਂ ਕੋਈ ਹੋਰ ਗਵਰਨਮੈਂਟ ਆ ਜਾਏ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਾਂਗਰਸੀ ਹੋ ਗਏ ਹਾਂ ਸੋ ਸਾਡੀ 6 ਆਫ ਅਮਰੀਕਾ ਵਿੱਚ ਜਿਹੜੇ ਸਾਡੇ ਮੈਂਬਰਸ ਨੇ ਕਈ ਪਾਰਟੀਆਂ ਤੋਂ ਨੇ ਸਾਡੇ ਮੇਨ ਅਮਰੀਕਨ ਪਾਰਟੀਆਂ ਜਿunes ਡੈਮੋਕ੍ਰੇਟਸ ਨੇ ਰਿਪਬਲਿਕਨਸ ਨੇ ਕੋਈ ਕਿਸੇ ਦੀ ਲੀਨਿੰਗ ਬੀਜੇਪੀ ਵਾਲ ਹੋਣੀ ਹੈ ਕਿਸੇ ਦੀ ਅਕਾਲੀ ਦਲ ਵਾਲ ਹੋਣੀ ਹੈ ਬਟ ਕਲੈਕਟਿਵਲੀ आवर ਆਰਗੇਨਾਈਜੇਸ਼ਨ ਇਜ਼ ਨਾਨ ਪੋਲੀਟੀਕਲ ਐਂਡ ਵੀ ਆਰ ਫਾਈਟਿੰਗ ਫੋਰ ਸੈਕ ਕੌਜ਼ਸ ਵੈਦਰ ਇਟਸ ਇੰਡੀਆ ਵੈਦਰ ਇਟਸ ਅਮਰੀਕਾ ਵੈਦਰ ਇਟਸ ਪਾਕਿਸਤਾਨ ਜਿੱਥੇ ਜਿੱਥੇ ਸਿੱਖ ਰਹਿ ਰਹੇ ਨੇ ਅਸੀਂ ਚਾਹਨੇ ਵੀ ਅਸੀਂ ਉਹਨਾਂ ਦੀ ਆਵਾਜ਼ ਬਣੀਏ ਔਰ ਇਸੇ ਕਰਕੇ ਅਸੀਂ ਜਾ ਕੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੂੰ ਵੀ ਮਿਲੇ ਸੀ ਕਰਤਾਰਪੁਰ ਕੋਰੀਡੋਰ ਰਸਤੇ ਔਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਅਸੀਂ ਜੀ ਸਾਰੇ ਪੀਟੀਆਈ ਦੇ ਉਹਨਾਂ ਦੀ ਪਾਰਟੀ ਦੇ ਹੋ ਗਏ ਸਾਡੀ ਬੋਰਡ ਵਿੱਚ ਫਾਊਂਡਿੰਗ ਮੈਂਬਰਸ ਵੀ ਸਾਜੇ ਤਾਰਰ ਸਾਹਿਬ ਨੇ ਜੋ ਕਿ ਆਪ ਮੁਸਲਮਨ ਨੇ ਤੇ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਸਾਰੇ ਯੂ نو ਸੋ ਇਹ ਵੀ ਆਰ ਅ ਵੈਰੀ ਡਾਈਵਰਸ ਐਂਡ ਵੈਰੀ a uh, uh, bipartisan party so that that's mean you are creating a lobby for this like, you, you are creating, creating a lobby, lobby for all the, the communities, communities and the you community. are creating a lobby for especially for the young kids so oh tusi kehna chahunde ho ki Sikhs <laughs> of America oh kar rahi hai okay so now i have uh, baljinder singh shammi ji with me uh, audience de vich sardar nal maujood hain baljinder ji mera sawal sidha tade to hai hai kai var assi tuhanu mudda program de utte leke aaye aur tusi Uh, as in uh, bjp دے بلਾਰੇ ਸਾਡੇ وان جو ہے ناؤ یو ار پارٹ اف 6 اوف امریکہ ٹو تے اج bjp دے اوپر لوکاں نو یا پھر امریکہ دے وچ ورج دے ਸਾਡੇ بھائی چارے نو کیوں اعتبار نہیں ہے گا اور اج اگر پردھانमन्त्री મોદી اج ہی سٹیپ چوک دی ہے تاں کس طریقے دا స్వాگت لوکاں نو کرنا چاہیے دا اینڈ bjp پنٹھک مسئلے دے وچ بھی ہن دیکھا جا رہا ہے کہ دے ار انوالوگ سو واٹ یو ہیو ٹو سے ان دیٹ ਕਵਾਂਗਾ ਜੀ ਮੋਦੀ ਸਾਹਿਬ ਜੀ ਜੋ ਕਰ ਰਹੇ ਹੈਗੇ ਸਾਡੇ ਸਿੱਖਾਂ ਲਈ ਬਹੁਤ ਅੱਛਾ ਕਰ ਰਹੇ ਹੈਗੇ ਜਿਸ ਤਰ੍ਹਾਂ ਜੱਸੀ ਨੇ ਦੱਸਿਆ ਵੀ ਤਿੰਨ ਚਾਰ ਸਾਲ ਪਹਿਲਾਂ ਵੀ ਅਸੀਂ ਉਹਨਾਂ ਨੂੰ ਮਿਲੇ ਸੀ ਅਸੀਂ ਆਪਣੇ ਸਿੱਖ ਇਸ਼ੂ ਦੇ ਬੁੱਧੇ ਉਹਨਾਂ ਨੂੰ ਦੱਸੇ ਤੇ ਮੋਸਟਲੀ 80% 90% ਉਹਨਾਂ ਨੇ ਪੂਰੇ ਕੀਤੇ ਹੈ ਤੇ ਲਾਸਟ ਟਾਈਮ ਜਦ ਅਸੀਂ ਮਿਲਿਆ ਦੋ ਹਫ਼ਤੇ ਪਹਿਲਾਂ ਜਿਸ ਤਰ੍ਹਾਂ ਉਹਨਾਂ ਨੇ ਪ੍ਰੋਮਿਸ ਕੀਤਾ ਸੀ ਵੀ ਇੱਕ ਨਵੀਂ ਤੁਸੀਂ ਖੁਸ਼ਖਬਰੀ ਵੀ ਸੁਣੋਗੇ ਤੁਸੀਂ ਸੁਣਿਆ ਹੀ ਸਾਰਿਆਂ ਨੇ ਸ਼ਮੀ ਜੀ ਉਹ ਗੱਲ ਆਪਾਂ ਜ਼ਰੂਰ ਕੀਤੀ ਹੈ ਹਾਂ ਜੀ ਸਵਾਲ ਮੇਰਾ ਸਿੱਧਾ ਤੁਹਾਨੂੰ ਆਇਆ ਸੀਗਾ ਕਿ ਬੀਜੇਪੀ ਦੇ ਉੱਤੇ ਇਤਬਾਰ ਅਸੀਂ ਕਿਉਂ ਕਰੀਏ ਅਗਰ ਕਰੀਏ ਤੇ ਫਿਰ ਸਾਡੇ ਜਿਹੜੇ ਦਰਸ਼ਕ ਨੇ ਉਹ ਇਹ ਜ਼ਰੂਰ ਜਾਨਣਾ ਚਾਹੁੰਦੇ ਹਨ ਕਿ ਉਹਨਾਂ ਦਾ ਜਿਹੜਾ ਆਰਐਸਐਸ ਅਜੰਡਾ ਹੈਗਾ ਉਹ ਸਾਡੇ ਦਰਸ਼ਕਾਂ ਨੂੰ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਂਦਾ ਸੋ ਵਾਟ ਇਜ਼ ਦੈਟ ਆਰਐਸਐਸ ਅਜੰਡਾ ਦੇਖੋ ਬੀਜੇਪੀ ਨੇ ਪਿਛਲੇ ਕਈ ਸਾਲਾਂ ਤੋਂ ਜਦੋਂ ਦੀ ਉਹਨਾਂ ਦੀ ਪਾਵਰ ਚ ਆਏ ਹੈਗੇ ਉਹਨਾਂ ਨੇ ਸਿੱਖਾਂ ਲਈ ਅੱਛਾ ਹੀ ਕੀਤਾ ਹੈ ਤੁਸੀਂ ਕਾਂਗਰਸ ਨਾਲ ਜੇ ਕੰਪੇਅਰ ਕਰੋ ਕਾਂਗਰਸ ਨੇ ਦੇਖੋ ਜੈਨੋਸਾਈਡ ਦੇ ਜਿੰਨੇ ਵੀ ਕਲਪਰੇਟਸ ਨੇ ਉਹਨਾਂ ਨੂੰ ਵਾਰੀ-ਵਾਰੀ ਫੇਰ ਟਿਕਟਾ ਦਿੰਦੇ ਰਹੇ ਹੈਗੇ ਮੋਦੀ ਸਾਹਿਬ ਜੀ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਵੀ ਅਸੀਂ ਸਿੱਟ ਬਣਾਵਾਂਗੇ ਜਿਹੜੇ ক্লোਜ਼ ਕੇਸਸ ਐ ਉਹਨਾਂ ਨੂੰ ਖੋਲਾਂਗੇ ਉਹਨਾਂ ਨੇ ਕੇਸਸ ਖੋਲ ਕੇ ਉਹਨਾਂ ਨੂੰ ਸਜ਼ਾ ਵੀ ਦਿਵਾਈ ਹੈ ਅਜੇ ਦੂਸਰੇ ਕੇਸਸ ਐ ਉਹਨਾਂ ਤੇ ਵੀ ਜਲਦੀ ਮੈਨੂੰ ਉਮੀਦ ਹੈ ਸਜ਼ਾ ਹੋਏਗੀ ਇਸ ਤੋਂ ਪ੍ਰੂਫ ਹੁੰਦਾ ਵੀ ਉਹ ਸਿੱਖਾਂ ਦੇ ਨਾਲ ਬੜਾ ਅੱਛੀ ਅੱਛਾ ਹੋ ਰਿਹਾਗਾ ਜਦੋਂ ਦੀ ਬੀਜੇਪੀ ਗਵਰਨਮੈਂਟ ਆਈ ਹੈ ਤੁਸੀਂ ਬੀਜੇਪੀ ਨੂੰ ਆਰਐਸਐਸ ਦੇ ਨਾਲ ਇਨਵੋਲ ਨਹੀਂ ਕਰ ਸਕਦੇ ਕਿਉਂਕਿ ਬੀਜੇਪੀ ਨੇ ਕਦੇ ਵੀ ਕੋਈ ਸਿੱਖਾਂ ਦੇ ਖਿਲਾਫ ਐਸਾ ਕੋਈ ਬਿਆਨ ਵੀ ਨਹੀਂ ਦਿੱਤਾ ਆ ਇਸ ਗੱਲ ਦੇ ਉੱਤੇ ਬਹੁਤ ਆ ਮੁੱਦਾ ਜਿਹੜਾ ਹੈ ਮੈਨੂੰ ਲੱਗਦਾ ਕਿ ਕਿੱਥੇ ਹੋਰ ਚਲਾ ਜਾਏਗਾ ਆਰਐਸਐਸ ਮੰਨਿਆ ਜਾਂਦਾ ਹੈ ਕਿ ਵਿੰਗ ਹੈਗੀ ਹੈ ਬੀਜੇਪੀ ਦੀ ਬਟ ਆਈ ਵੁੱਲ ਲਾਈਕ ਟੂ ਟੇਕ ਦਿਸ ਆਨਸਰ ਜਸਜੀ ਜੀ ਤੁਹਾਡੇ ਤੋਂ ਮੈਂ ਮੈਂ ਤੁਹਾਡਾ ਇਹ ਗੱਲ ਕਹਾਂਗੇ ਜੇ ਅਸੀਂ ਬੀਜੇਪੀ ਤੇ ਵਿਸ਼ਵਾਸ ਨਾ ਕਰੀਏ ਤੇ ਫਿਰ ਕਿਸ ਤੇ ਕਰੀਏ ਕੌਣ ਹੈਗਾ ਇਸ ਵੇਲੇ ਬੀਜੇਪੀ ਇਜ਼ देयर ਦੇ ਆਰ ਦਾ ਵਨਸ ਇਨ ਦਾ ਪਾਵਰ ਦੇ ਹੈਵ ਅ ਗਵਰਨਮੈਂਟ ਤੇ ਜੇ ਅਸੀਂ ਉਹਨਾਂ ਨਾਲ ਨਹੀਂ ਡਾਇਲੌਗ ਕਰੀਏ ਤੇ ਫਿਰ ਕਿਹਦੇ ਨਾਲ ਕਰੀਏ ਠੀਕ ਹੈ ਨਾ 5 ਸਾਲ ਤੇ ਉਹਨਾਂ ਨੇ ਕੱਢੇ ਨੇ 5 ਅਗਲੇ ਵੀ ਕੱਢਣਗੇ ਤੇ ਹੁਣ ਅਸੀਂ ਆਪਣੀ ਸਿੱਖ ਚੁੱਪ ਕਰਕੇ ਕਿਤਨੀ ਬੈਹਿ ਸਕਦੇ ਕਿ ਭਈ ਹੁਣ ਬੀਜੇਪੀ ਆ ਗਈ ਹੈ ਤੇ ਅਸੀਂ ਹੁਣ ਪਤਾ ਨਹੀਂ ਕਿਹੜੀ ਕੋਈ ਉੱਪਰੋਂ ਰੱਬ ਤੋਂ ਕੋਈ ਪਾਰਟੀ ਆਏਗੀ ਜਿਹਦੀ ਵੀ ਵੇਟ ਕਰਾਂਗੇ ਗੱਲਬਾਤ ਕਰਨ ਵਾਸਤੇ ਸੋ ਵੀ ਹੈਵ ਟੂ ਕੀਪ ਦਿਸ ਡਾਇਲੌਗ ਐਂਡ ਸਿਕਸ ਆਫ ਅਮਰੀਕਾ ਔਰ ਸਿੱਖ ਵੀ ਜਿਹੜੇ ਭਾਜਪੀ ਵਿੱਚ ਹੈ ਨੇ ਮੇਰਾ ਇਹ ਹੈ ਕਿ ਉਹ ਸਿੱਖ ਅਸੀਂ ਪਹਿਲੇ ਆ ਸਾਡੇ ਸਿੱਖ ਆਈਡੀਓਲੋਜੀ ਪਹਿਲਾ ਹੈ ਆਰਐਸਐਸ ਦੀ ਆਈਡੀਓਲੋਜੀ ਨਾਲ ਅਸੀਂ ਨਾ ਚੱਲਦੇ ਆ ਨਾ ਚੱਲੇ ਆ ਭਾਜਪੀ ਨਾਲ ਅਸੀਂ ਵੀ ਆਰ ਇੱਕ ਡਾਇਲੌਗ ਵਿੱਚ ਆ ਉਹਨਾਂ ਦੇ ਨਾਲ ਫॉर ਸਿੱਖ ਇਸ਼ੂਸ ਠੀਕ ਹੈ ਨਾ ਤੇ ਉਹਦੇ ਵਾਸਤੇ ਸਿਕਸ ਆਫ ਅਮਰੀਕਾ ਇਜ਼ ਟੋਟਲੀ ਕਮਿਟਿਡ ਫॉर ਸਿੱਖ ਕੌਜ਼ਸ ਐਂਡ ਆਈ ਥਿੰਕ ਕਿ ਜਦ ਤੱਕ ਤੁਸੀਂ ਡਾਇਲੌਗ ਨਹੀਂ ਕਰੋਗੇ ਤੁਸੀਂ ਨਰਾਜ਼ ਹੋ ਕੇ ਬਾਹਰ ਬੈਠੇ ਰਹੋ ਤੇ ਉਹ ਗੱਲ ਵੱਖਰੀ ਹੈ ਪਰ ਤੁਸੀਂ ਜਦ ਤੱਕ ਅੰਦਰ ਜਾ ਕੇ ਡਾਇਲੌਗ ਨਹੀਂ ਕਰੋਗੇ ਤੁਹਾਨੂੰ ਕੋਈ ਨਹੀਂ ਲੱਭਣਾ ਇਦਰ ਯੂ ਆਰ ਔਨ ਦਾ ਡਿਨਰ ਟੇਬਲ অর ਯੂ ਆਰ ਔਨ ਦਾ ਮੈਨੂ ਸੋ ਵੀ ਰਾਦਰ ਬੀ ਔਨ ਦਾ ਡਿਨਰ ਟੇਬਲ ਔਰ ਦੂਜੀ ਗੱਲ ਇਹ ਕਿ ਮੈਂ ਸਮਝਦਾ ਕਿ ਸਾਡੀ ਸਿੱਖ ਕੌਮ ਵਸਤੇ ਇਹ ਪਿਛਲੇ ਤਿੰਨ ਦਸ਼ਕਾ ਤੋਂ 30 40 ਸਾਲ ਤੋਂ ਪਹਿਲੀ ਵਾਰੀ ਇੱਕ ਰਬੋਂ ਕੋਈ ਮੇਰ ਹੋਈ ਹੈ ਕਿ ਅੱਜ ਸਿੱਖਾਂ ਵਸਤੇ ਮੈਂ ਸਮਝਦਾ ਕਿ ਅچھے ਦਿਨ ਆਏ ਹੋਏ ਨੇ ਕਿ ਇੱਕ taraf ਸਾਡੇ ਨਾਲ ਪਾਕਿਸਤਾਨ ਹੈ ਜੋ ਕਰਤਾਰਪੁਰ ਸਾਹਿਬ ਕਾਰਿਡੋਰ ਖੋਲ ਰਿਹਾ ਹੈ ਸਿੱਖਾਂस्ते ਅੱਜ ਇੰਨਾ ਕੁ ਹੋ ਰਿਹਾ ਹੈ ਔਰ ਉਧਰ ਹੀ ਇੱਕ ਮੋਦੀ ਗਵਰਨਮੈਂਟ ਆਈ ਹੈ ਜਿਹੜੀ ਸਿੱਖਾਂ ਲਈ ਮੈਂ ਹੋਰ ਮੈਨੂੰ ਇੰਡੀਆ ਦੀ ਇਕਨੋਮੀ ਜਾਂ ਹੋਰ ਗੱਲਾਂ ਦਾ ਨਹੀਂ ਮੈਂ ਕਹਿ ਰਿਹਾ ਬਟ ਫਾਰ ਸਿੱਖ ਇਟ ਇਜ਼ ਅ ਵੈਰੀ ਗੁੱਡ ਓਪਰਚੁਨਿਟੀ ਕਿ ਅੱਜ ਗਵਰਨਮੈਂਟ ਇਸ ਇਹ ਗਵਰਨਮੈਂਟ ਸਿੱਖਾਂ ਨੂੰ ਇੰਨਾ ਕੁਝ ਦੇ ਰਹੀ ਹੈ ਤੇ ਮੈਂ ਸਮਝਦਾ ਕਿ ਸਿੱਖ ਲੀਡਰਸ਼ਿਪ ਨੂੰ ਇਸ ਵੇਲੇ ਬਹੁਤ ਹੀ ਸਮਾਰਟ ਰੋਲ ਪਲੇ ਕਰਨਾ ਚਾਹੀਦਾ ਹੈ ਆਪਣੀ ਕੌਮ 'ਤੇ ਸੋਚਣਾ ਚਾਹੀਦਾ ਹੈ ਪਤਾ ਨਹੀਂ ਇਹ ਦਿਨ ਕਿੰਨੇ ਦਿਨ ਚੱਲਨੇ ਨੇ ਔਰ ਇਹ ਮੈਂ ਸਮਝਦਾ ਇਸ ਵੇਲੇ ਸਿੱਖ ਜਿਹੜੇ ਨੇ ਇੱਕ ਲੀਡਰਸ਼ਿਪ ਰੋਲ ਵਿੱਚ ਨੇ ਕਿ ਅਸੀਂ ਵੇਖ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਪਾਕਿਸਤਾਨ ਔਰ ਇੰਡੀਆ ਦੀ ਇਸ ਵੇਲੇ ਜੋ ਹਾਲਾਤ ਨੇ ਨਿਊਕਲੀਅਰ ਵਾਰਸ ਦੀਆਂ ਗੱਲਾਂ ਚੱਲ ਰਹੀਆਂ ਨੇ ਉਸ ਦੇ ਬਾਵਜੂਦ ਗੁਰੂ ਨਾਨਕ ਦੇਵ ਜੀ ਦੀ ਇੱਕ ਐਸੀ ਰੂਹਾਨੀ ਕੋਈ ਐਸੀ ਸਪਿਰਚੁਅਲ ਥਿੰਗ ਹੋਈ ਪਈ ਹੈ ਕਿ ਦੋਏ ਪਾਰਟੀਆਂ ਅੱਜ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਰਸਤੇ ਬਾਰਡਰ ਤੇ ਮਿਲਦੀਆਂ ਨੇ ਤੇ ਬੜੇ ਪਿਆਰ ਨਾਲ ਗੱਲਬਾਤ ਕਰਦੀਆਂ ਨੇ ਤੇ ਬਾਰਡਰ ਇਸ ਸਟਿਲ ਗੋਇੰਗ ਟੂ ਓਪਨ ਔਰ ਮੈਂ ਸੋਚਦਾ ਕਿ ਸਿੱਖ ਜਿਹੜੀ ਕਮਿਊਨਿਟੀ ਹੈ ਇਸ ਵੇਲੇ ਸਿੱਖ ਲੀਡਰਸ਼ਿਪ ਅਗਰ ਅੱਛੀ ਹੋਏ ਤੇ ਵੀ ਕੈਨ ਸਿੱਖਸ ਕੈਨ ਲੀਡ ਦ ਸਾਊਥ ਏਸ਼ੀਆ ਬੋਥ ਇੰਡੀਆ ਐਂਡ ਪਾਕਿਸਤਾਨ ਇਨਟੂ ਪੀਸ ਐਂਡ ਗੈਟ ਅ ਲਾਟ ਫਾਰ ਆਰ ਕਮਿਊਨਿਟੀ ਬਜਾਏ ਅਸੀਂ ਇਹ ਛੋਟੀਆਂ ਮੋਟੀਆਂ ਗੱਲਾਂ ਦੇ ਵਿੱਚ ਪੈ ਕੇ ਜੀ ਬੀਜੇਪੀ ਇਹ ਕਰ ਰਹੀ ਹੈ ਆਰਐਸਐਸ ਕੀ ਕਰ ਰਹੀ ਹੈ ਸਾਨੂੰ ਪਤਾ ਹੈ ਅਸੀਂ ਕੀ ਕਰਨਾ ਹੈ ਜੇ ਅਸੀਂ ਆਪਣੇ ਵਿੱਚ ਸਮਾਰਟ ਆ ਅਸੀਂ ਪੱਕੇ ਆ ਵੀ ਕੈਨ get lot of things as apni community as so hun eh bhi janan di koshish karange ki six of america ਅੱਗੇ ਕੀ ਕੀ ਕਰ ਰਹੀ ਹੈ ਔਰ ਜੇਕਰ ਮੈਂ ਯੂਥ 엠ਪਾਵਰਮੈਂਟ ਦੀ ਗੱਲ ਕਰਾਂ ਔਰ ਔਰ ਮੈਂ 엠ਪਾਵਰਮੈਂਟ ਦੀ ਗੱਲ ਕਰਾਂ ਤਾਂ ਉਹਦੇ ਲਈ ਕਿਵੇਂ वचनबद्ध ਹੋਏਗੀ 6 ਆਫ ਅਮਰੀਕਾ ਅੱਗੇ ਕੀ ਫਿਊਚਰ ਪਲਾਨਸ ਨੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕਿਸ ਤਰੀਕੇ ਦੀ ਤਸਵੀਰ ਜਿਹੜੀ ਸੀਗੀ ਉਹ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ 6 ਆਫ ਅਮਰੀਕਾ ਨੇ ਰੱਖੀ ਸੀਗੀ ਤੇ ਕਈ ਸਾਰੇ ਤਮਾਮ ਸਵਾਲ ਨੇ ਔਰ ਅੱਗੇ ਕੀ ਕੀ ਇਹਨਾਂ ਨੇ ਫਿਊਚਰ ਪਲਾਨ ਕੀਤਾ ਹੋਇਆ ਟੂ ਬ੍ਰਿੰਗ ਦੀ ਕਮਿਊਨਿਟੀ ਟੂਗੇਦਰ ਵੀ ਵਿਲ ਲਾਈਕ ਟੂ ਨੋ ਦਿਸ ਆਨਸਰ ਆਫਟਰ ਦਿਸ ਸ਼ਾਰਟ ਬ੍ਰੇਕ ਇੱਕ ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੁਣ ਤੁਹਾਨੂੰ ਸਿੱਧਾ ਲੈ ਕੇ ਚਲਦੇ ਹਾਂ ਆਡੀਅੰਸ ਜਿੱਥੇ ਸਾਡੇ ਨਾਲ ਡਾਕਟਰ ਸੁਰਿੰਦਰ ਸਿੰਘਲ ਜੀ ਮੌਜੂਦ ਹਨ ਜੋ ਕਿ ਬੋਰਡ ਆਫ ਡਾਇਰੈਕਟਰ 6 ਆਫ ਅਮਰੀਕਾ ਦੇ ਵੰਜੋ ਅ ਅੱਜ ਉਹਨਾਂ ਨੇ ਸਾਡੇ ਨਾਲ ਸ਼ਮੂਲੀਅਤ ਕੀਤੀ ਹੈ ਸੋ ਡਾਕਟਰ ਗਿਲ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਤੁਸੀਂ ਵੀ ਮੁੱਦੇ ਦੇ ਉੱਤੇ ਆਏ ਸੀਗੇ ਤੇ ਤਮਾਮ ਸਵਾਲ ਦਰਸ਼ਕਾਂ ਨੇ ਤੁਹਾਨੂੰ ਕੀਤੇ ਸੀਗੇ ਤਾਂ ਕਿਵੇਂ ਤੁਸੀਂ ਵਚਨਬੰਦ ਹੋ ਰਹੇ ਹੋ 6 ਆਫ ਅਮਰੀਕਾ ਨੂੰ ਕਿਸ ਤਰੀਕੇ ਨਾਲ ਵੇਖਿਆ ਜਾਏ ਔਰ ਅੱਗੇ ਫਿਊਚਰ ਪਲਾਨਸ ਕੀ ਕੀ ਹਨ ਮੈਂ ਜਸ ਪੰਜਾਬੀ ਦਾ ਬੜਾ ਤਨਮਾਤੀ ਹਾਂ ਜਿਨ੍ਹਾਂ ਨੇ ਸਾਡੇ ਬਰੂਆਂ ਤੇ ਆ ਕੇ ਇਹ ਮੁੱਦਾ ਕੀਤਾ ਹੈ ਦੇਖੋ ਕੋਈ ਵੀ ਕਾਰਜਾ ਔਰ ਕੋਈ ਵੀ ਇਸ਼ੂ ਹੈ ਉਹ ਜਿੰਨਾ ਚਿਰ ਟੇਬਲ ਤੇ ਨਹੀਂ ਲਿਆਵਾਂਗੇ ਉਹਨਾਂ ਚ ਉਹਦੀ ਸੁਣਵਾਈ ਨਹੀਂ ਹੋਏਗੀ ਕਿਉਂਕਿ ਬਾਹਰ ਮੁਜ਼ਾਰੇ ਕਰਨਾ ਔਰ ਗੋਲੀਆਂ ਦਾ ਥ੍ਰੈਟ ਕਰਨਾ ਇਹਨਾਂ ਨਾਲ ਕਦੇ ਮੁੱਦੇ ਹੱਲ ਨਹੀਂ ਹੋਏ ਮੈਂ ਤੇ ਕਹਾਂਗਾ ਕਿ ਸਿਕਸੋ ਅਮਰੀਕਾ ਨੇ ਐਸਾ ਉਪਰਾਲਾ ਕੀਤਾ ਹੈ ਔਰ ਉਸ ਉਪਰਾਲੇ ਨਾਲ ਸਿੱਖਾਂ ਦੀਆਂ ਉਹ ਮੰਗਾਂ ਪੂਰੀਆਂ ਹੋਈਆਂ ਐ ਜਿਨ੍ਹਾਂ ਦੀ ਲੰਬੇ ਸਮੇਂ ਤੋਂ ਆਸ ਸੀ ਔਰ ਭਵਿੱਖ ਵਿੱਚ ਵੀ ਇਹ ਆਸ ਨੂੰ ਪੂਰਾ ਕਰਨ ਵਾਸਤੇ ਸਾਡੇ ਕੋਲ ਲਾਈਨ ਬਾਅਦ ਲਾਈਨ ਹੋਰ ਮੁੱਦੇ ਵੀ ਹਨ ਜਦੋਂ ਇਹ ਮੁੱਦੇ ਪੂਰੇ ਹੋ ਜਾਣਗੇ ਤੇ ਅਸੀਂ ਅਗਲੇ ਮੁੱਦੇ ਵੀ ਲੈ ਕੇ ਆਵਾਂਗੇ ਸੋ ਸਿਕਸ ਔਫ ਅਮਰੀਕਾ ਜਿਹੜਾ ਹੈ ਇਹ ਵਚਨਬੰਦ ਹੈ ਸਿੱਖਾਂ ਦੇ ਇਸ਼ੂ ਨੂੰ ਉਭਾਰਨ ਲਈ ਧੰਨਵਾਦ ਤੁਸੀਂ ਕੀ ਆ ਕਿ ਅਸੀਂ ਵਚਨਬੰਦ ਹੋ ਰਹੇ ਹਾਂ ਤੇ ਜਿਹੜੇ ਰੋਸ ਮੁਜ਼ਾਹਰੇ ਕਰ ਰਹੇ ਹਨ ਜਿਹੜੀ ਹੋਰ ਸੰਸਥਾਵਾਂ ਹਨ ਜੋ ਆਪਣੇ ਆਇਡਿਓਲੋਜੀ ਦੇ ਹਿਸਾਬ ਨਾਲ ਮੰਨ ਕਰਦੇ ਹਨ ਕਿ ਉਹ ਸੰਸਥਾਵਾ ਗਲਤ ਹਨ ਕਿਉਂਕਿ ਉਹ ਵੀ ਤਾਂ ਸਿੱਖਾ ਦੇ ਮਸਲੇ ਚੱਕ ਰਹੇ ਹਨ ਦੇਖੋ ਉਹਨਾਂ ਨੇ ਆਪਣਾ ਕੰਮ ਕਰੀ ਜਾਣਾ ਹੈ ਕਿਉਂਕਿ ਉਹਨਾਂ ਦਾ ਰਾਹ ਹੋਰ ਹੈ ਔਰ ਉਹ ਉਹਨਾਂ ਨੇ ਰੌਲਾ ਪਾਣਾ ਹੈ ਲੇਕਿਨ ਰੌਲਾ ਪਾੜਨਾ ਕਦੇ ਮਸਲੇ ਹੱਲ ਨਹੀਂ ਹੋਏ ਤੁਸੀਂ ਕੋਈ ਵੀ ਦੇਖੋ ਦੁਨੀਆ ਦੇ ਕੋਈ ਵੀ ਮਸਲਾ ਹੈ ਚਾਹੇ ਜਰਮਨ ਦਾ ਹੈ ਚਾਹੇ ਕਿ ਯੂਰਪ ਦਾ ਕੋਈ ਹੈ ਉਹ ਹਮੇਸ਼ਾ ਟੇਬਲ ਤੇ ਆ ਕੇ ਹੱਲ ਹੋਇਆ ਹੈ ਤੋਂ ਸਿਕਸੋ ਅਮਰੀਕਾ ਇੱਕ ਐਸੀ ਸੰਸਥਾ ਹੈ ਜਿਨੇ ਇਹ ਉਹ ਕੋਸ਼ਿਸ਼ ਕੀਤੀ ਹੈ ਕਿ ਸਿੱਖ ਡੈਲੀਗੇਟ ਲੈ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ اور 1 ਬਾਈ 1 ਮਸਲਿਆਂ ਨੂੰ ਰੇਜ਼ ਕਰਕੇ ਉਹਨਾਂ ਨੂੰ ਜਿਹੜਾ ਹੈ ਹੱਲ ਕਰਵਾਇਆ ਜਾਵੇ ਡਾਕਟਰ ਗਿੱਲ ਜੀ ਐਸੇ ਤੇ ਕਈ ਸਾਰੀ ਸੰਸਥਾ ਸਾਵੇਂ ਜੋ ਕਿ ਲੀਗਲੀ ਲੜ ਰਹੀਆਂ ਹਨ ਸਿੱਖਾਂ ਦੇ ਮਸਲਿਆਂ ਦੇ ਲਈ ਲੀਗਲੀ ਅੱਗੇ ਜਾ ਰਹੀਆਂ ਹਨ ਫਿਰ ਤੁਹਾਡੇ ਵਿੱਚ ਕੀ ਖਾਸ ਹੈਗਾ ਸਾਡੇ ਤੇ ਖਾਸੀਅਤ ਇਹ ਹੈ ਕਿ ਅਸੀਂ ਪ੍ਰੇਮ ਪਿਆਰ ਨਾਲ ਮਸਲੇ ਹੱਲ ਕਰਾਉਣਾ ਜਾਂਦੇ ਹਾਂ ਮਿਲ ਬੈਠ ਕੇ ਗੱਲ ਕਰਨਾ ਜਾਂਦੇ ਹਾਂ ਕਿਉਂਕਿ ਮੌਕੇ ਦੀ ਸਰਕਾਰ ਹੈ ਮੌਕੇ ਦੀ ਸਰਕਾਰ ਨੂੰ ਜੇ ਅਸੀਂ ਸਵਾਲ ਨਹੀਂ ਕਰਾਂਗੇ ਉਹਨਾਂ ਦੇ ਨਾਲ ਮਿਲ ਕੇ ਗੱਲ ਨਹੀਂ ਕਰਾਂਗੇ ਉਹਨਾਂ ਨੂੰ ਕੋਈ ਲਿਖ ਕੇ ਨਹੀਂ ਦੇਵਾਂਗੇ ਉਹਨਾਂ ਚ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ ਵੀ ਸਿੱਖਾਂ ਦੇ ਕਿਹੜੇ ਮਤਲਬ ਹੈ ਜੈਸੀ ਜੀ ਕਿਹੜੀ ਲਿਖਣ ਦੀ ਗੱਲ ਕਰ ਰਹੇ ਹੋ ਡਾਕਟਰ ਗਿਲਜੀ ਮੈਂ ਤੁਹਾਨੂੰ ਇਹਨਾਂ ਕਵਾਂਗਾ ਕਿ ਜਿਹੜੇ ਆਰਗੇਨਾਈਜੇਸ਼ਨ ਸੰਸਥਾਵਾਂ ਹੋਰ ਲੜਾਈ ਲੜ ਰਹੀਆਂ ਨੇ ਕਈ ਪ੍ਰੋਟੈਸਟ ਕਰ ਰਹੀਆਂ ਨੇ ਅਸੀਂ ਉਹਨਾਂ ਦੇ ਬਿਲਕੁਲ ਖਿਲਾਫ ਨਹੀਂ ਆ ਅਮਰੀਕਾ ਇਜ਼ ਅ ਫਰੀ ਕੰਟਰੀ ਇੱਥੇ ਸਾਰਿਆਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈ ਔਰ ਉਹਨਾਂ ਨੂੰ ਵੀ ਪੂਰਾ ਹੱਕ ਹੈ ਕਿ ਉਹ ਪ੍ਰੋਟੈਸਟ ਕਰਨ ਐਂਡ ਦੇ ਜਾ ਕੇ ਉਹਨਾਂ ਦਾ ਵੀ ਉਹੀ ਗੋਲ ਹੈ ਜਿਹੜਾ ਸਾਡਾ ਗੋਲ ਹੈ ਕਿ ਅਸੀਂ ਸਿੱਖ ਕੌਮ ਦੀ ਭਲਾਈ ਚਾਹੁੰਦੇ ਆਂ ਸਿੱਖ ਕੌਮ ਵਾਸਤੇ ਅਸੀਂ ਲੜ ਰਹੇ ਆਂ ਔਰ ਠੀਕ ਹੈ ਅੱਜ ਗਵਰਨਮੈਂਟ ਸਾਡੇ ਨਾਲ ਸੁਣ ਰਹੀ ਹੈ ਗਵਰਨਮੈਂਟ ਸਾਨੂੰ ਇਨਵਾਈਟ ਕਰ ਰਹੀ ਹੈ ਅਸੀਂ ਟੇਬਲ ਤੇ ਬੈੱਕ ਇਹ ਚੀਜ਼ਾਂ ਲੈ ਸਕਦੇ ਆਂ ਪ੍ਰੋਟੈਸਟ ਮੈਂ ਸਮਝਣਾ ਤਾਂ ਕਰੀਏ ਜਦ ਸਾਡੀ ਗੱਲ ਸੁਣੀ ਨਾ ਜਾਏ ਇਸ ਵੇਲੇ ਗਵਰਨਮੈਂਟ ਜਿਹੜੀ ਹੈ ਇੰਡੀਆ ਦੀ ਉਹ ਸਾਡੀ ਗੱਲਾਂ ਸੁਣ ਰਹੀ ਹੈ ਸਾਨੂੰ ਟੇਬਲ ਤੇ ਬੁਲਾਉਂਦੀ ਹੈ ਐਂਡ ਆਈ ਥਿੰਕ ਇਸ ਵੇਲੇ ਪ੍ਰੋਟੈਸਟ ਦੀ ਸਾਨੂੰ ਨਹੀਂ ਲੱਗਦਾ ਕਿ ਲੋੜ ਹੈ ਔਰ ਫਿਊਚਰ ਵਿੱਚ ਕਦੀ ਜੇ ਸਾਡੀਆਂ ਗੱਲਾਂ ਨਹੀਂ ਮੰਗੀਆਂ ਜਾਣੀਆਂ ਤੇ ਅਸੀਂ ਹਰ ਜਿਹੜਾ ਸਟੈਪ ਇੱਥੇ ਲੈਣਾ ਹੈ ਉਹ 22 ਕਰੋੜ ਜਿਹੜਾ ਸਿੱਖ ਇੰਡੀਆ 'ਚ ਰਹਿ ਰਿਹਾ ਹੈ ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਲੈਣਾ ਹੈ ਕਿ ਸਾਡੇ ਇੱਥੇ ਜਿਹੜੇ ਐਕਸ਼ਨਸ ਨੇ ਕਿਤੇ ਉਹਨਾਂ ਦੇ ਉੱਪਰ ਕੋਈ ਪ੍ਰੋਬਲਮਸ ਨਾ ਬਣਨ ਔਰ ਉਹਨਾਂ ਉਹਨਾਂ ਦੀ ਲੜਾਈ ਅਸੀਂ ਉੱਥੇ ਇੰਡੀਆ ਦੇ ਕਨਸਟੀਟਿਊਸ਼ਨ ਵਿੱਚ ਰਹਿ ਕੇ ਉਹਨਾਂ ਵਾਸਤੇ ਲੜਾਂਗੇ ਪਰ ਇਸ ਵੇਲੇ ਮੈਂ ਸੋਚਣਾ ਕਿ ਇਹ ਜਿਵੇਂ ਪਹਿਲਾਂ ਵੀ ਗਿਆ ਕਿ ਸਿੱਖ ਕੌਮ ਵਾਸਤੇ ਇਹ ਬਹੁਤ ਹੀ ਇੱਕ ਅੱਛਾ ਪੀਰੀਅਡ ਚੱਲ ਰਿਹਾ ਹੈ ਕਿ ਜਿਨ੍ਹਾਂ ਜਿਸ ਕੌਮ ਨੂੰ ਅਈ ਤੋਂ 20 ਸਾਲ ਪਹਿਲੇ ਅਤਵਾਦੀ ਕਿਹਾ ਜਾਂਦਾ ਸੀ ਸਾਨੂੰ ਸਾਡੀ ਆਪਣੀ ਇੰਡੀਆ ਦੀ ਗਵਰਨਮੈਂਟ ਹੀ ਬਦਨਾਮ ਕਰ ਰਹੀ ਸੀ ਅਜੋਈ ਗਵਰਨਮੈਂਟ ਅੱਜ ਸਾਡੀਆਂ ਲਿਸਟਾਂ ਵੀ ਉਹਨਾਂ ਨੇ ਖਤਮ ਕਰਤੀਆਂ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ ਪਰਬ ਮਨਾਏ ਜਾ ਰਹੇ ਨੇ ਔਰ ਪਾਕਿਸਤਾਨ ਦੀ ਗਵਰਨਮੈਂਟ ਵੀ ਸਾਡੇ ਨਾਲ ਜਿੰਨਾ ਇੱਕ ਪੋਜ਼ਿਟਿਵ ਹੋ ਰਿਹਾ ਹੈ ਤੇ ਮੈਂ ਸਮਝਦਾ ਇਸ ਵੇਲੇ ਸਾਨੂੰ ਪ੍ਰੋਟੈਸਟ ਦੀ ਲੋੜ ਨਹੀਂ ਪਰ ਅਸੀਂ ਉਹਨਾਂ ਸੰਸਥਾਵਾਂ ਦੇ ਖਿਲਾਫ ਵੀ ਨਹੀਂ ਆ ਹਰ ਇੱਕ ਦਾ ਆਪਣਾ ਤਰੀਕਾ ਹੈ ਠੀਕ ਹੈ ਸੋ ਸਵਾਲ ਇੱਥੇ ਬਟਾ ਵੀ ਬਣਦਾ ਹੈ ਕਿ ਅਸੀਂ ਮੰਨਿਆ ਕਿ ਸਿੱਖਾਂ ਦੇ ਇਸ਼ੂਜ਼ ਨੂੰ ਔਰ ਸਿਕ ਕਾਮ ਦੇ ਇਸ਼ੂਜ਼ ਨੂੰ ਤੁਸੀਂ ਲੈ ਕੇ ਜਾ ਰਹੇ ਹੋ ਹੁਣ ਜਦ ਅਸੀਂ ਗੱਲ ਅਮਰੀਕਾ ਦੀ ਧਰਤੀ ਤੇ ਕਰਦੇ ਹਾਂ ਕਿਉਂਕਿ ਇੱਥੇ ਵੀ ਅਸੀਂ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਜਾਣਾ ਚਾਹੁੰਦੇ ਹਾਂ ਔਰ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਲੈ ਜਾ ਸਕਦੇ ਹਾਂ ਉਹਦੇ ਲਈ ਤੁਹਾਡੇ ਕੋਲ ਕੀ ਰੋਡ ਮੈਪ ਹੈਗਾ ਔਰ ਕਿਵੇਂ ਸਿਕਸ ਆਫ ਅਮਰੀਕਾ ਵਚਨਬੰਦ ਹੋ ਰਹੀ ਹੈ ਟੂ ਕ੍ਰੀਏਟ ਅ ਜੌਬ ਫੋਰ ਦ ਟੈਲੈਂਟ ਐਂਡ ਫੋਰ ਨਿਊ ਓਪਰਚੁਨਿਟੀਜ਼ uh Sikh of America uh is very much involved in American mainstream uh, uh I personally uh have an organization called Sikh Americans for Trump uh ਸਾਡੇ ਕਈ ਬੋਰਡ ਮੈਂਬਰਸ ਨੇ ਜਿਹੜੇ ਕਿ ਡੈਮੋਕ੍ਰੇਟਸ ਸਾਈਡ ਨੇ ਅਸੀਂ ਕੋਈ ਵੀ ਜਦੋਂ ਆਪਣਾ ਸਾਊਥ ਏਸ਼ੀਅਨ ਕੈਂਡੀਡੇਟ ਮੈਂ ਸਾਊਥ ਏਸ਼ੀਅਨ ਦਨ ਕਹਿ ਰਹੇ ਚਾਹੇ ਉਹ ਇੰਡੀਅਨ ਹੋਏ ਪਾਕਿਸਤਾਨ ਤੋਂ ਹੋਏ ਜਾਂ ਸਾਡਾ ਕੋਈ ਸਿੱਖ ਕੈਂਡੀਡੇਟ ਹੋਏ ਅਸੀਂ ਕਦੇ ਵੀ ਪਾਰਟੀ ਲਾਈਨ ਤੇ ਨਹੀਂ ਗਏ ਅਸੀਂ ਅਕ੍ਰੋਸ ਦਾ ਪੋਰਟ ਜਾ ਕੇ ਉਹਨਾਂ ਨੂੰ ਸਪੋਰਟ ਕੀਤਾ ਸਾਨੂੰ ਇੱਕ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਅਮਰੀਕਾ ਵਿੱਚ ਕਿ ਔਰ ਅੱਜਕੱਲ ਹਰ ਜਗ੍ਹਾ ਠੀਕ ਹੈ ਕਿ ਅਸੀਂ ਇੱਕ ਧੜੇ ਨਾਲ ਨਾ ਬਣ ਜਾਈਏ ਕਿ ਸਿੱਖ ਜਿਹੜੇ ਨੇ ਉਹ ਸਾਰੇ ਹੁਣ ਡੈਮੋਕ੍ਰੇਟ ਪਾਰਟੀ ਦੇ ਨਾਲ ਲੱਗਣ ਗਏ ਜਾਂ ਸਿੱਖ ਸਾਰੇ ਰਿਪਬਲਿਕਨ ਪਾਰਟੀ ਨਾਲ ਲੱਗਣ ਗਏ ਜਾਂ ਅਸੀਂ ਭਾਜਪਾ ਦੇ ਨਾਲ ਆ ਜਾਂ ਅਸੀਂ ਜੀ ਬਸ ਅਕਾਲੀ ਦਲ ਦੇ ਨਾਲ ਆ ਹਾਲਾਤ ਬਹੁਤ ਬਦਲ ਗਏ ਨੇ ਸਾਨੂੰ ਇੱਕ ਆਰਗੇਨਾਈਜੇਸ਼ਨ ਇੰਨੀ ਸਟਰੋਂਗ ਕਰਨੀ ਚਾਹੀਦੀ ਹੈ ਕਿ ਇਹ ਪਾਰਟੀਆਂ ਸਾਡੇ ਕੋਲ ਆਣ ਜਿਸ ਤਰ੍ਹਾਂ ਸਾਡੀ ਜੂ ਜੂ ਕਮਿਊਨਿਟੀ ਹੈ ਇਥੇ ਅਮਰੀਕਾ ਵਿੱਚ ਉਹ ਇੰਨੇ ਸਟਰੋਂਗ ਨੇ ਕਿ ਇਹ ਪਾਰਟੀਆਂ ਉਹਨਾਂ ਕੋਲ ਜਾਂਦੀਆਂ ਡੈਮੋਕ੍ਰੇਟਸ ਵੀ ਜਾਂਦੇ ਨੇ ਰਿਪਬਲਿਕਨਸ ਵੀ ਜਾਂਦੇ ਨੇ ਉਹਨਾਂ ਨੂੰ ਦੱਸਦੇ ਨੇ ਵੀ ਅਸੀਂ ਤੁਹਾਡੇ ਅਸਤੇ ਕੀ ਕਰਾਂਗੇ ਫਿਰ ਜਿਹੜਾ ਉਹਨਾਂ ਸੇ ਜ਼ਿਆਦਾ ਕਰਦਾ ਉਹਨੂੰ ਸਪੋਰਟ ਦਿੰਦੇ ਨੇ ਮੇਰੀ ਵੀ ਇਹੀ ਡ੍ਰੀਮ ਹੈ ਕਿ ਸਿੱਖਸ ਆਫ ਅਮਰੀਕਾ ਸ਼ੁੱਡ ਬਿਕਮ ਅ ਵੈਰੀ ਸਟਰੋਂਗ ਆਰਗੇਨਾਈਜੇਸ਼ਨ ਆਫ ਸਿੱਖ ਕੌਜ਼ਸ ਕਿ ਅੱਜ ਅਸੀਂ ਨੇ ਸਟਰੋਂਗ ਹੋਈਏ ਔਰ ਅਸੀਂ ਅਮਰੀਕਨਸ ਨੂੰ ਦੱਸ ਸਕੀਏ ਕਿ ਸਿੱਖਾਂ ਦੀ ਇਥੇ ਕਿੰਨੀ ਕੰਟ੍ਰਿਬਿਊਸ਼ਨ ਹੈ ਤਾਂ ਕਿ ਕੱਲ ਨੂੰ ਡੈਮੋਕ੍ਰੇਟਸ ਵੀ ਸਾਡੇ ਕੋਲ ਆਣ ਰਿਪਬਲਿਕਨਸ ਵੀ ਆਣ ਭਾਜੀਪੀ ਵੀ ਆਏ ਤੇ ਕਾਂਗਰਸ ਵੀ ਆਏ ਤੇ ਸਾਨੂੰ ਕਹਿੰਦੇ ਅਸੀਂ ਤੁਹਾਡੇ ਹਸਤੇ ਇਹ ਕਰਾਂਗੇ ਫਿਰ ਅਸੀਂ ਆਪਣੀ ਸਪੋਰਟ ਉਸ ਕੈਂਡੀਡੇਟ ਨੂੰ ਦੇਵਾਂਗੇ ਵੀ ਵਾਂਟ ਟੂ ਟੇਕ ਟੂ ਥਿਸ ਲੈਵਲ ਤੇ ਨਾਲੇ ਮੈਂ ਹਰ ਵੇਲੇ ਅਪੀਲ ਕਰਦਾ ਜਦੋਂ ਵੀ ਮੈਂ ਮੁੱਦੇ ਦੇ ਪਹਿਲਾਂ ਵੀ ਆਇਆ ਮੈਂ ਇਹ ਅਪੀਲ ਕੀਤੀ ਹੈ ਆਪਣੇ ਯੰਗਸਟਰਸ ਨੂੰ ਕਿ ਬਹੁਤ ਅੱਛੀ ਗੱਲ ਹੈ ਅਸੀਂ ਆ ਡਾਕਟਰ ਬਣਨਾ ਚਾਹਨੇ ਆ ਇੰਜੀਨੀਅਰਸ ਬਣਨਾ ਚਾਹਨੇ ਆ ਅਸੀਂ ਬਿਜ਼ਨਸ ਵੀ ਜਾਣੇ ਆ ਕੋਈ ਗੈਸ ਸਟੇਸ਼ਨ ਲੈਂਦਾ ਕੋਈ ਲਿਕਰ ਸਟੋਰ ਲੈਂਦਾ ਤੁਸੀਂ ਇੱਕ ਤੋਂ ਇੱਕ ਉਪਕਟ ਤੋਂ ਕੱਟ ਇੱਕ ਬੱਚਾ ਆਪਣਾ politcal system ਚ ਜ਼ਰੂਰ ਪਾਓ ਯੰਗ ਏਜ ਤੋਂ ਪਤਾ ਹੋਏ ਕਿ ਸਾਡਾ ਲੋਕਲ ਕਾਂਗਰਸਮੈਨ ਕੌਣ ਹੈ ਸਾਡਾ ਲੋਕਲ ਡੈਲੀਗੇਟ ਕੌਣ ਹੈ ਤਾਂਕਿ ਅਸੀਂ ਆਪਣੀ ਸਿੱਖ ਕੌਮ ਲੋਕਲ politics ਵਿੱਚ ਇਨਵੋਲ ਹੋਏ ਤਾਂਕਿ ਇਹ ਤੇ ਸਾਡੇ ਗੁਰੂ ਵੀ ਕਹਿ ਗਏ ਰਾਜ ਬਿਨਾਂ ਨਾ ਧਰਮ ਚੱਲੇ ਹੈ ਦਰਮ ਬਿਨਾ ਸਭ ਦਲੇ ਮਲੇ ਤੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਪੋਲਿਟੀਕਲ ਸਿਸਟਮ ਵਿੱਚ ਇਥੇ ਇਨਵੋਲ ਹੋਈਏ ਠੀਕ ਹੈ ਸੋ ਆ ਤਮਾਮ ਸਵਾਲ ਹੈ ਵੀ ਬਣਦੇ ਹਨ ਕਿ ਸਿਕਸ ਆਫ ਅਮਰੀਕਾ ਜਿਸ ਤਰੀਕੇ ਨਾਲ ਸਾਨੂੰ ਜੈਸੀ ਜੀ ਹੋਰਾਂ ਨੇ ਦੱਸਿਆ ਕਿ ਮੇਨ ਸਟ੍ਰੀਮ ਪੋਲਿਟਿਕਸ ਦੇ ਵਿੱਚ ਆਉਣ ਦੀ ਲੋੜ ਹੈ ਕਈ ਸਾਰੇ ਹੋਰ ਵੀ ਮਸਲੇ ਜਿਹੜੇ ਨੇ ਉਹ ਐਲ ਜਾ ਚੁੱਕੇ ਹਨ ਤੇ ਇਸ ਸਿਕਸ ਆਫ ਅਮਰੀਕਾ ਦੇ ਵਫਦ ਦੇ ਵਿੱਚ ਡਾਈਵਰਸਿਟੀ ਵੀ ਵੇਖਣ ਨੂੰ ਮਿਲਦੀ ਹੈ ਜਿੱਥੇ ਸਾਜੇ ਤਰਾਰ ਜੀ ਵੀ ਸਾਡੇ ਨਾਲ ਮੌਜੂਦਨ ਬਕਾਇਦਾ ਤੌਰ ਦੇ ਉੱਤੇ ਤੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਜਦ ਅਸੀਂ ਡਾਇਵਰਸਿਟੀ ਦੀ ਗੱਲ ਕਰਦੇ ਹਾਂ ਤੇ ਅੱਜ ਸਭ ਤੋਂ ਵੱਡਾ ਮਸਲਾ ਅਗਰ ਕੌਮ ਦੇ ਲਈ ਹੈਗਾ ਦੋਵੇਂ ਮੁਲਕਾਂ ਦੇ ਲਈ ਹੈਗਾ ਤੇ ਪੀਸ ਕੋਰੀਡੋਰ ਉਹਨੂੰ ਲੈ ਕੇ ਕੀ ਕੁਝ ਤਸਵੀਰ ਜਿਹੜੀ ਹੈ ਉਹ ਇਸ ਡੈਲੀਗੇਸ਼ਨ ਵੱਲੋਂ ਰੱਖੀ ਗਈ ਸੀ ਕਿਹਨਾਂ ਨਾਲ ਮੁਲਾਕਾਤ ਹੋਈ ਸੀਗੀ ਅੱਜ ਉਹ ਮੁਲਾਕਾਤ ਕਿੱਥੇ ਤੱਕ ਪਹੁੰਚੀ ਹੈ ਤੇ ਗਰਾਊਂਡ ਲੈਵਲ ਤੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਂ ਤੁਹਾਡੀ ਗੱਲਬਾਤ ਵੀ ਕਰਾਵਾਂਗਾ ਰੂਬਰੂ ਵੀ ਕਰਾਵਾਂਗਾ ਸਾਜ ਤਰਾਰ ਹੋ ਰਾਣਾ ਲੇਕਿਨ ਫਿਲਹਾਲ ਮੈਨੂੰ ਇੱਥੇ ਸਮਾਂ ਇਜਾਜ਼ਤ ਦੇ ਰਹੇ ਕਿ ਨਿੱਕੇ ਜੇ ਵਕਫੇ ਲਈ ਔਰ ਜਦ ਵਕਫੇ ਤੋਂ ਬਾਅਦ ਵਾਪਸ ਆਵਾਂਗਾ ਕਰਾਂਗੇ ਅੱਜ ਦਾ ਮੁੱਦਾ ਇਸੇ ਤਰੀਕੇ ਨਾਲ ਰਿਕਟ ਬਾਤ ਸਵਾਗਤ ਹੈ ਮੇਰੇ ਨਾਲ ਹੁਣ ਮੌਜੂਦ ਨੇ 사ஜித் ਤਾਰਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪੀਸ ਕੋਰੀਡੋਰ ਨੂੰ ਲੈ ਕੇ ਕੀ ਕੁਝ ਤਜਵੀਜ਼ ਸਿਕਸ ਆਫ ਅਮਰੀਕਾ ਦੇ ਵੱਲੋਂ ਰੱਖੀ ਗਈ ਸੀਗੀ ਔਰ 사ஜித் ਤਾਰਰ ਜੀ ਦਾ ਉਹਦੇ ਵਿੱਚ ਕੀ ਕੁਝ ਖਤਰਿਆ ਆ ਤਾਰਰ ਸਾਹਿਬ ਸਭ ਤੋਂ ਪਹਿਲੇ ਤੁਹਾਡੇ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪ੍ਰਣਾਮ ਸਲਾਮ ਔਰ ਅੱਜ ਇਟਸ 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 ਏਨ ਆਨਰ ਕਿ ਅਸੀਂ ਸਾਰੇ ਬੈਠੇ ਆ ਸਿਕਸ ਆਫ ਅਮਰੀਕਾ ਦੇ ਔਰ ਮੈਂ ਖਾਸ ਤਿਸ ਤਰ੍ਹਾਂ ਤੋਂ ਪਹਿਲੇ ਕਿਹਾ ਕਿ ਮੈਂ ਵਾਹਿਦ ਮੁਸਲਮਾਨ और पाकिस्तानी अमेरिकन सिख्स ऑफ अमेरिका बोर्ड ऑफ डायरेक्टर हैं मेरे वास्ते इस मैटर प्राइड मेरी सीखी ना प्यार मेरा सिक्खी रिश्ता और बिलखसूस पाकिस्तान तो इस्लाम सीखी दे रिश्ता किसी ने इस ग कोई भुल चुक नहीं ना टुटने वाला रिश्ता और सिकस ऑफ अमेरिका की रैलीवेंस टू तो द करतारपुर कॉरीडोर यह अज तो नहीं है मेरा ख्याल जसदीप जसदीप सिंह तो बह ਪਿਛਲੇ 20 ਸਾਲ ਤੋਂ ਐਕਟਿਵ ਸਾਂ ਕਰਤਾਰਪੁਰ ਮਾਰਗ ਵਾਸਤੇ ਉਹਦੇ ਵਾਸਤੇ ਖਾਸ ਕਰ ਜਸਦੀਪੁਰੀ ਪਿਛਲੀ ਵਾਰ ਜਿਸ ਟਾਈਮ ਉੱਥੇ ਓਪਨਿੰਗ ਹੋਈ ਉਸ ਟਾਈਮ ਵੀ ਅਸੀਂ ਗਿਆ ਇਮਰਾਨ ਖਾਨ ਸਾਹਿਬ ਨੂੰ ਪਾਕਿਸਤਾਨੀ ਸਿੱਖਾਂ ਦੇ ਇਸ਼ੂਜ਼ ਦੇ ਬਾਰੇ ਦੱਸਿਆ ਔਰ ਉਸ ਤੋਂ ਬਾਅਦ ਵੇਖੋ ਕਰਤਾਰਪੁਰ ਮਾਰਗ ਦੀ ਸਿਗਨੀਫਿਕੈਂਸ ਜਿਹੜੀ ਹੈ ਉਹ ਇਤਨੀ ਇੰਪੋਰਟੈਂਟ ਹੈ ਕਿ ਇਸੇ ਜਗ੍ਹਾ ਤੋਂ ਦੋ ਕੰਟਰੀ ਡਿਵਾਈਡ ਹੋਏ ਸਨ ਬਾਬਾ ਜੀ ਦੀ ਉੱਥੇ ਉਹਨਾਂ ਦਾ ਉੱਥੇ ਉਸ ਏਰੀਆ ਨੂੰ ਵਸਾਣਾ ਉੱਥੇ ਇੱਕ ਟਾਊਨ ਬਣਾਣਾ ਉੱਥੇ ਭਗਤੀ ਕਰਨਾ ਇਸ ਇਸ ਅ ਹਿਊਜ ਮੇਰੇ ਖਿਆਲ ਚ ਮੈਂ ਤੇ ਜਸਦੀਪ ਦੋਏ ਸਿਕਸ ਆਫ ਅਮਰੀਕਾ ਵੂ ਬਲੀਵ ਕਿ ਇਸ ਇਸ ਅ ਸੈਂਟਰ ਆਫ ਅ ਸਪਿਰਚੁਅਲ ਪਾਵਰ देयर ਇਥੋਂ ਹੀ ਧਰਤੀ ਵਖਰੀ ਹੋਈ ਸੀ ਇਥੋਂ ਹੀ ਪੀਸ ਦਾ ਮੈਸੇਜ ਜਾਏਗਾ ਪੂਰੀ ਦੁਨੀਆ ਨੂੰ ਔਰ ਮੇਰੇ ਖਿਆਲ ਚ ਇਥੋਂ ਹੀ ਧਰਤੀ ਦੁਬਾਰਾ ਜੁੜੇਗੀ ਪਿਆਰ ਦਾ ਮੈਸੇਜ ਔਰ ਬਿਲਖਸੂਸ ਮੈਂ ਤੁਹਾਡੇ ਵੇਖਣ ਵਾਲਿਆਂ ਨੂੰ ਕਹਾਂਗਾ ਕਿ ਵਾਟ ਇਜ਼ ਸਿੱਖੀ ਸਿੱਖੀ ਇਜ਼ ਨਥਿੰਗ ਬਟ ਸੇਵਾ ਔਰ ਲਵ ਦੁਨੀਆ ਦੇ ਵਿੱਚ ਮੇਰੇ ਖਿਆਲ ਹਰ ਮਜ਼ਹਬ ਜਿਹੜਾ ਉਹ ਕਹਿੰਦਾ ਰੱਬ ਕਹਿੰਦਾ ਕਿ ਅਗਰ ਮੇਰੇ ਤੱਕ ਪਹੁੰਚਣਾ ਤੇ ਮੇਰੇ ਬੰਦਿਆਂ ਦੇ ਜ਼ਰੀਏ ਆਓ ਤੇ ਵੇਖੋ ਜਿੱਥੇ ਜਿੱਥੇ ਗੁਰਦੁਆਰੇ ਨੇ ਉਹ ਲੋਕਾਂ ਦੀ ਸੇਵਾ ਚ ਲੱਗੇ ਨੇ ਸਿੱਖ ਜਿੱਥੇ ਜਿੱਥੇ ਨੇ ਸੇਵਾ ਕਰ ਰਹੇ ਨੇ ਅੱਜ ਸਾਡੇ ਨਾਲ ਜਿਸ ਤਰ੍ਹਾਂ ਬਾਜੀ ਨੇ ਜਿਹੜੇ ਕਸ਼ਮੀਰ ਦੀਆਂ ਬੱਚੀਆਂ ਦੀ ਗੱਲ ਹੋ ਰਹੀ ਸੀ ਉਹਨਾਂ ਨੇ ਉਹਨਾਂ ਦਾ ਇੱਕ ਉਹਨਾਂ ਦਾ ਐਕਟ ਜਿਹੜਾ ਸੀ ਉਹਨਾਂ ਨੇ ਸਾਰੀ ਦੁਨੀਆ ਦੇ ਮੁਸਲਮਾਨਾਂ ਦੇ ਦਿਲਾਂ ਨੂੰ ਜਿੱਤਿਆ ਨਾ ਸਿਰਫ ਮੁਸਲਮਾਨਾਂ ਬਲਕਿ ਹਿੰਦੂਆਂ ਐਸਾਈਆਂ ਸਾਰਿਆਂ ਦੇ ਜਿਹੜੇ ਧੀਆਂ ਪਹਿਣਾ ਵਾਲੇ ਸਨ ਉਹਨਾਂ ਵਾਸਤੇ ਇਸ ਵਾਰ ਵੈਰੀ ਟੱਚਿੰਗ ਮੂਮੈਂਟ ਮੈਂ ਇਥੇ ਵੀ ਮੈਂਸ਼ਨ ਕਰਾਂਗਾ ਖਾਸ ਕਰਕੇ ਪਿਛਲੇ ਦਿਨ ਜਿਸ ਟਮ ਨਨਕਾਣਾ ਸਾਹਿਬ ਇੱਕ ਇਸ਼ੂ ਬਣਿਆ ਸੀ ਸਾਡੀ ਇੱਕ ਸਿੱਖ ਬੱਚੀ ਦਾ ਉਸਟਮ ਜਸਦੀਪ ਸਿੰਘ ਜੈਸੀਉਰਾ ਨੇ 6 ਆਫ ਅਮਰੀਕਾ ਦੇ ਜਿਹੜੇ ਪ੍ਰਧਾਨ ਨੇ ਇਥੇ ਉਹਨਾਂ ਨੇ ਉੱਥੇ ਕਾਲ ਕੀਤੀ ਫੈਮਿਲੀ ਨਾਲ ਗੱਲ ਕੀਤੀ ਜੈਸੀਉਰਾ ਨੇ ਗਵਰਨਰ ਪੰਜਾਬ ਨਾਲ ਗੱਲ ਕੀਤੀ ਸਰਵਰ ਸਾਹਿਬ ਨਾਲ ਚੀਫ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੂੰ ਆਪਣਾ ਆਪਣੇ ਇਹਨਾਂ ਨੇ ਤਸ਼ਖੀਸ਼ ਦਾ ਇਜ਼ਹਾਰ ਕੀਤਾ ਔਰ ਬਲਕਿ ਜੈਸੀਉਰਾ ਦੀ ਪ੍ਰੋਪੋਜ਼ਲ ਤੇ ਉਹਨਾਂ ਨੇ ਕੰਮ ਕੀਤਾ ਉੱਥੇ ਔਰ ਦ ਮੈਟਰ ਵਾਸ ਰਿਜ਼ੋਲਵਡ ਆਈ ਥਿੰਕ ਪ੍ਰੋਪਰਲੀ ਔਰ ਮੈਂ ਖਾਸ ਅਲਫਿਰ ਕਹਾਂਗਾ ਕਿ ਸਾਡੇ ਸਿੱਖ ਭਰਾ ਜਿਹੜੇ ਪਾਕਿਸਤਾਨ ਚ ਨੇ ਜਾਂ ਮੁਸਲਮਾਨ ਨੇ ਮੁਸਲਮਾਨ ਸਾਡੇ ਸਾਡੀਆਂ ਧੀਆਂ ਪੈਣ ਨਾਲ ਲੋਕੀਂ ਕੋਈ ਸੋਚ ਵੀ ਨਹੀਂ ਸਕਦਾ ਕਿ ਉਹਨਾਂ ਨਾਲ ਕੋ ਵੇਖੇ ਇਸ ਤਰ੍ਹਾਂ ਜਾਂ ਉਹਨਾਂ ਦਾ ਕਿਤੇ ਤੱਕਾ ਹੋਇਆ ਜ਼ਿਆਤੀ ਹੋਏ ਸਿੱਖ ਸਾਡੇ ਹਿੱਸਾ ਨੇ ਪੰਜਾਬ ਦਾ ਹਿੱਸਾ ਨੇ ਸਾਡੇ ਭਰਾ ਨੇ ਔਰ ਮੈਂ ਹਮੇਸ਼ਾ ਜਿਸ ਤਰ੍ਹਾਂ ਪਹਿਲੇ ਕਹਣਾ ਕਿ ਸਿੱਖ ਮਾਦੇ ਦੋ ਬੱਚੇ ਹਨ ਵੀ ਆਰ ਇਨ ਸੈਪਰੇਬਲ ਅਸੀਂ ਕਦੀ ਵੀ ਇੱਕ ਦੂਜੇ ਤੋਂ ਵੱਖਰੇ ਨਹੀਂ ਹੋ ਸਕਦੇ ਤੇ ਆਮ ਵੀ ਪ੍ਰਾਊਡ ਟੂ ਬੀ ਦਾ ਪਾਰਟ ਆਫ ਸਿੱਖਸ ਆਫ ਅਮਰੀਕਾ ਮੇਹਬਾਨੀ ਦੋਰੀਦਾਰ ਸਾਹਿਬ ਤੁਸੀਂ ਆਪਣੇ ਵਿਚਾਰ ਇਸ ਮંચ ਦੇ ਉੱਤੇ ਰੱਖੇ ਹਰਮਿੰਦਰ ਜੀ ਦੇ ਕੋਲ ਮੈਂ ਜਾਣਾ ਚਾਹਾਂਗਾ ਹਰਮਿੰਦਰ ਜੀ ਉਹ ਸ਼ਕਸ਼ਤ ਹਨ ਜਿਨ੍ਹਾਂ ਨੇ ਜੋ ਇੰਡੀਆ ਤੋਂ ਬਕਾਇਦਾ ਤੌਰ ਤੇ ਉੱਤੇ ਪਹੁੰਚੇ ਹਨ ਔਰ ਅੱਜ 6 ਆਫ ਅਮਰੀਕਾ ਬਕਾਇਦਾ ਤੌਰ ਤੇ ਇਹਨਾਂ ਨੂੰ ਆਨਰ ਵੀ ਕਰ ਰਿਹਾ ਹੈ 32 ਕਸ਼ਮੀਰੀ ਲੜਕੀਆਂ ਨੂੰ ਇਹਨਾਂ ਨੇ ਕਸ਼ਮੀਰ ਦੇ ਵਿੱਚ ਵਾਪਸ ਪਹੁੰਚਾਇਆ ਔਰ ਮਿਨੋਰਟੀਜ਼ ਦੀ ਗੱਲ ਹੈ ਇੰਡੀਆ ਦੇ ਵਿੱਚ ਕਰਦੇ ਹਨ ਹਿਊਮਨ ਐਕਟਿਵਿਸਟ ਹਨ ਤੇ ਨਾਲ ਹੀ ਪੇਸ਼ੇ ਤੋਂ ਆਈਟੀ ਇੰਜੀਨੀਅਰ ਹਨ 6 ਆਫ ਅਮਰੀਕਾ ਇਹਨਾਂ ਨੂੰ ਅੱਜ ਆਨਰ ਵੀ ਕਰ ਰਹੀ ਹੈ ਸੋ ਮਾਈਨੋਰਟੀਜ਼ ਦੀ ਮੈਂ ਗੱਲ ਕਰ ਰਿਹਾ ਸੀਗਾ ਘੱਟ ਗਿਣਤੀਆਂ ਦੀ ਮੈਂ ਗੱਲ ਕਰ ਰਿਹਾ ਸੀਗਾ ਹਰਮਿੰਦਰ ਸਿੰਘ ਜੀ ਕੀ ਮਾਹੌਲ ਹੈਗਾ ਇੰਡੀਆ ਦੇ ਵਿੱਚ ਹਾਲ ਫਿਲਹਾਲ ਦੇ ਵਿੱਚ ਮੈਂ ਜਾਨਣਾ ਚਾਹਾਂਗਾ ਤੁਹਾਡੇ ਜ਼ੁਬਾਨੀ ਮਾਈਨੋਰਟੀਜ਼ ਦਾ ਜੋ ਹਾਲ ਹੈਗਾ ਇਟਸ ਨਾਟ ਗੁੱਡ ਮਾਈਨੋਰਟੀਜ਼ ਜਿਹੜੇ ਹੈਗੇ ਸੇਫ ਨਹੀਂ ਫੀਲ ਕਰਦੇ ਹੈਗੇ ਅਸੀਂ ਮੁਸਲਿਮਸ ਦੀ ਜੇ ਗੱਲ ਕਰੀਏ ਤਾਂ ਜਿਹੜੀ ਮੌਬ ਲਿੰਚਿੰਗ ਦੇ ਇਨਸੀਡੈਂਟ ਰੋਜ਼ ਆਂਦੇ ਹੈਗੇ ਉਸ ਨੂੰ ਯੂਨ ਨੇ ਵੀ ਐਕਨੋਲਜ ਕੀਤਾ ਹੈ ਔਰ ਲੈਟਰ ਵੀ ਭਾਇਆ ਇੰਡੀਅਨ ਗਵਰਨਮੈਂਟ ਨੂੰ ਤੇ ਜੇ ਸਿੱਖਾਂ ਦੀ ਗੱਲ ਕਰੀਏ ਤਾਂ ਸਰਬਤ ਖਾਲਸਾ ਚ ਜੋ ਅਕਾਲ ਤਖਤ ਦੇ ਜਥੇਦਾਰ ਚੁਣੇ ਗਏ ਸੀ ਜਗਤਾਰ ਸਿੰਘ ਹਵਾਰਾ ਉਹ ਜੇਲ੍ਹ ਦੇ ਵਿੱਚ ਹੈਗੇ ਆ ਤੇ ਉਹਨਾਂ ਦਾ ਇਲਾਜ ਵੀ ਨਹੀਂ ਹੋ ਰਿਹਾ ਤੇ ਪੰਜਾਬ ਟ੍ਰਾਂਸਫਰ ਜਿਹੜਾ ਬਣਦਾ ਉਹ ਵੀ ਨਹੀਂ ਹੋ ਰਿਹਾ ਔਰ ਜੇ 크ਰਿਸਚIANS ਦੀ ਗੱਲ ਕਰੀਏ ਤੇ ਜਿਹੜਾ ਗ੍ਰਾਹਮ ਫਾਦਰ ਸੀਗਾ ਉੜੀਸਾ ਦੇ ਵਿੱਚ ਜਿਹਨੂੰ ਬੱਚਿਆਂ ਸਮੇਂ ਜਲਾਤਾ ਸੀਗਾ ਉਸ ਕੇਸ ਜਿਹੜਾ ਬੰਦਾ ਇਨਵੋਲਵ ਹੈ ਉਹ MP ਦੀ ਇਲੈਕਸ਼ਨ ਉਹਨੂੰ ਟਿਕਟ ਦਿੱਤੀ ਗਈ ਹੈਗੀ ਔਰ MP ਬਣਿਆ ਹੋਇਆ ਉੱਥੇ ਉੜੀਸਾ ਦੇ ਵਿੱਚ ਤੇ ਇਹ ਜੀ ਮਤਲਬ ਜਿਹੜੀ ਮਿਨੋਰਟੀਜ਼ ਹੈਗੇ ਆ ਦੇ ਆਰ ਨੋਟ ਫੀਲਿੰਗ ਸਿਕਰ ਤਾਂ ਬਹੁਤ ਸਾਰੇ ਜਿਹੜੇ ਹਿਊਮਨ ਰਾਈਟਸ ਦੇ ਇਸ਼ੂਜ਼ ਹੈਗੇ ਆ ਦੇ ਆਰ ਵੈਲ ਇਨ ਦਾ ਮੀਡੀਆ ਐਂਡ 에ਵਰੀਵੇਅਰ ਐਂਡ ਇਟ ਇਜ਼ ਇਨ ਦਾ ਨੋਟਿਸ ਆਫ ਯੂਨ ਐਸ ਵੈਲ ਉਹਨਾਂ ਨੇ ਮੈਂਸ਼ਨ ਵੀ ਕੀਤਾ ਟਾਈਮ ਟੂ ਟਾਈਮ ਯੂਨ ਲੈਟਰ ਪੇਜ ਦੀ ਹੈਗੀ ਇੰਡੀਅਨ ਗਵਰਨਮੈਂਟ ਨੂੰ ਥੈਟ ਦੇ ਸ਼ੁੱਡ ਲੁੱਕ ਇਨਟੂ देयर ਪੋਲਿਸੀਜ਼ ਸੋ ਜੈਸੇ ਜੀ ਕੀ ਕਿਸ ਤਰੀਕੇ ਨਾਲ ਵੇਖਦੇ ਹੋ ਕਿ ਮਾਈਨੋਰਟੀਜ਼ ਨਹੀਂ ਫੀਲ ਕਰਦੀ ਉੱਥੇ ਦੇ ਫੀਲ ਅਨਸੇਫ ਸੋ ਹਾਊ ਯੂ ਗੋਇੰ ਟੂ ਡੀਲ ਵਿਦ them ਬਿਲਕੁਲ ਸਿੱਖਸ ਆਫ ਅਮਰੀਕਾ ਜਿਹੜੀ ਹੈ ਵੀ ਆਰ ਨਾਟ ਜਸਟ ਕਨਫਾਈਨ ਟੂ ਸਿੱਖ ਇਸ਼ੂਸ ਅਸੀਂ ਜੇ ਮਾਈਨੋਰਟੀਜ਼ ਹੋਰ ਵੀ ਨੇ ਸਾਡੇ ਦੇ ਧਰਮ ਦਾ ਇਹ ਸਰਬੱਤ ਦਾ ਭਲਾ ਤੇ ਅਸੀਂ ਹੋਰ ਮਾਈਨੋਰਟੀਜ਼ ਦੀ ਵੀ ਗੱਲਾਂ ਅੱਗੇ ਲੈ ਕੇ ਜਾਵਾਂਗੇ ਔਰ ਜਿੱਥੇ ਤੱਕ ਹੋਏਗਾ ਜੇ ਅਸੀਂ ਸਿੱਖਾਂ ਦੀ ਰਾਈਟਸ ਦੀ ਗੱਲਾਂ ਕਰ ਰਹੇ ਹਾਂ ਤੇ ਅਸੀਂ ਆਪਣੇ ਮੁਸਲਮ ਭਰਾਵਾਂ ਦੀ ਵੀ ਕ੍ਰਿਸਚੀਅਨਸ ਦੀ ਵੀ ਸਾਰਿਆਂ ਦੀ ਅਸੀਂ ਹੱਕ ਦੀ ਪੂਰੀ ਗੱਲ ਕਰਾਂਗੇ ਬਿਲਕੁਲ ਮੈਂ ਕਵਲਜੀਤ ਸਿੰਘ ਸੋਨੀ ਹੋਰਾਂ ਤਾਂ ਵੇਸ ਗੱਲ ਦਾ ਜਵਾਬ ਜਰੂਰ ਲੈਣਾ ਚਾਹਾਂਗਾ ਕਿ ਜੇਕਰ ਹਰ ਚੀ ਮਿਨੋਰਟੀਜ਼ ਦੀ ਗੱਲ ਕਰਦੇ ਆਂ ਤੇ ਜਿੱਥੇ ਅੱਜ ਸਬਕਾ ਸਾਥ ਸਬਕਾ ਵਿਕਾਸ ਦੀ ਗੱਲ ਹੋ ਰਹੀ ਹੈ ਸਾਰੇ ਨੂੰ ਇਕੱਠੇ ਲਿਜਾਣ ਦੀ ਗੱਲ ਹੋ ਰਹੀ ਹੈ ਤੇ ਮੈਂ ਟੈਕਨੀਕਲ ਟੀਮ ਨੂੰ ਦਰਖਾਸਤ ਕਰਾਂਗਾ ਕਿ ਉਹਨਾਂ ਨੂੰ ਮਾਈਕ ਫੜਾਇਆ ਜਾਏ ਤਾਂ ਕਿ ਉਹ ਵੀ ਆਪਣੇ ਵਿਚਾਰ ਜਿਹੜੇ ਨੇ ਸਾਡੇ ਉੱਤੇ ਸਮਝ ਦੇ ਉੱਤੇ ਰੱਖ ਸਕਣ ਤੇ ਨਾਲ ਹੀ ਸਭ ਤੋਂ ਵੱਡੀ ਗੱਲ ਜਦ ਆਉਂਦੀ ਹੈ ਕੌਨਫੀਡੈਂਸ ਲੈਵਲ ਪੈਦਾ ਜਿਹੜਾ ਹੈ ਉਹ ਕਿਵੇਂ ਅੱਜ ਪ੍ਰਧਾਨ ਮੰਤਰੀ ਮੋਦੀ ਕਰਨਗੇ ਇਹ ਇੱਕ ਵੱਡਾ ਸਵਾਲ ਬਣਦਾ ਸੋਨੀ ਸਾਹਿਬ ਅਲਾਨ ਦੇ ਮੈਂ ਹਰਜਿੰਦਰ ਪਾਜੀ ਨੂੰ ਜਿਹੜੇ ਹੁਣ ਇੰਡੀਆ ਤੋਂ ਆਏ ਨੇ ਇਹਨਾਂ ਦੇ ਨਮਸਕਾਰ ਕਰਨਾ ਕਿ ਇਹਨਾਂ ਨੇ ਜਿਹੜੇ ਸਾਡੀ ਕਸ਼ਮੀਰੀ ਧੀਆਂ ਪੈਣਾ ਨੂੰ ਉੱਥੇ ਕਸ਼ਮੀਰ ਪਹੁੰਚਾਇਆ ਉਹ ਸਾਡੇ ਬੱਚਨ ਉਹ ਸਾਡੀਆਂ ਪੈਣਾਂ ਔਰ ਇਹਨਾਂ ਦਾ ਜੋਸ਼ ਵਿੱਚ ਯੋਗਦਾਨ ਹੋਇਆ ਮੈਂ ਇਹਨਾਂ ਨੂੰ ਬਹੁਤ ਬਹੁਤ ਥੈਂਕ ਯੂ ਕਰਨਾ ਸੋਨੀ ਸਾਹਿਬ ਮੈਂ ਇਸ ਸਵਾਲ ਦਾ ਜਵਾਬ ਤੁਹਾਡੇ ਤੋਂ ਜਰੂਰ ਲਵਾਵਾਂਗਾ ਜਿਵੇਂ ਕਿ ਹਰਮਿੰਦਰ ਜੀ ਉਹਨਾਂ ਨੇ ਧੰਨਵਾਦ ਕੀਤਾ ਕਿ ਹਾਊ ਦੀ ਮਿਨੋਰਟੀਜ਼ ਲਿਵਿੰਗ देयर ਇਨ ਇੰਡੀਆ ਦੇ ਕੈਨ ਫੀਲ ਸੇਫ ਐਂਡ ਹਾਊ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨ ਬਿਲਡ ਅ ਕੌਨਫੀਡੈਂਸ ਲੈਵਲ ਇਨਟੂ ਦੀ ਮਿਨੋਰਟੀਜ਼ ਵਿਲ ਗੈਟ ਦਿਸ ਆਨਸਰ ਫੋਰ ਸ਼ੋਰ ਅਫਟਰ ਦਿਸ ਸ਼ਾਰਟ ਬ੍ਰੇਕ ਬ੍ਰੇਕ ਦੇ ਬਾਅਦ ਦਾ ਸਵਾਗਤ ਹੈ ਸਵਾਲ ਸੋਨੀ ਜੀ ਦਾ ਸੋਨੀ ਜੀ ਮਿਨੋਰਟੀਜ਼ ਨੂੰ ਲੈ ਕੇ ਕੀ ਕੁਝ ਸਿਕਸ ਆਫ ਅਮਰੀਕਾ ਅੱਗੇ ਕਰੇਗੀ ਤੁਸੀਂ ਮੈਨੂੰ ਸਵਾਲ ਕੀਤਾ ਮੈਂ ਤੇ ਆਪ ਮਿਨੋਰਟੀਜ਼ ਸੇਕ੍ਰਿਕ ਮਨਾਰਦੀ ਉੱਥੇ ਆ ਗਏ ਔਰ ਮਨੂੰ ਪਤਾ ਹੈ ਕਿ 84 ਵਿੱਚ ਮਨਾਰਟੀਜ਼ ਨਾਲ ਕੀ ਹੋਇਆ ਸਾਡੇ ਨਾਲ ਜੋ ਹੋਇਆ ਪਰਮਾਤਮਾ ਕਿਸੇ ਨਾਲ ਨਾ ਕਰੇ ਸਭ ਨੂੰ ਪਤਾ ਹੈ ਕਿ ਜਿਹੜੇ ਪਾਰਟੀਸ਼ਨ ਦੇ ਟਾਈਮ ਤੇ ਸਾਡੇ ਨਾਲ ਕੀ ਹੋਇਆ ਸੋ ਮਨਾਰਟੀ ਦੀ ਗੱਲ ਕਰੀਏ ਤੇ 84 ਨੂੰ ਨਹੀਂ ਭੁੱਲੀਦਾ ਹੁੰਦਾ ਹੁਣ ਵੀ ਕੋਈ ਅਗਰ ਚੀਜ਼ਾਂ ਸਾਹਮਣੇ ਆਉਂਦੀਆਂ ਤੇ ਸਿਕਸ ਆਫ ਅਮਰੀਕਾ ਨੂੰ ਟੇਕ ਅਪ ਕਰੇਗਾ ਔਰ ਪ੍ਰਧਾਨ ਮੰਤਰੀ ਨੂੰ ਮਿਲ ਕੇ ਹੋਮ ਮਿਨਿਸਟਰ ਨੂੰ ਮਿਲ ਕੇ ਹਮੇਸ਼ਾ ਜਿਹਨੂੰ ਮਿਲ ਕੇ ਕਿ ਇਹ ਕਿਉਂ ਹੋ ਰਿਹਾ ਅਸੀਂ ਜਵਾਬ ਮੰਗਾਂਗੇ ਕਿਉਂਕਿ ਗਲਤ ਹੋ ਰਿਹਾ ਹੈ ਕਿਉਂਕਿ ਇਹ ਨਾ ਚੀਜ਼ਾਂ ਦੇ ਉੱਤੇ ਹਿੰਦੁਸਤਾਨ ਦਾ ਬੇਸਿਸ ਨਹੀਂ ਹੋਣਾ ਚਾਹੀਦਾ ਜੀ ਸੋ ਮੈਂ ਇਹ ਕਹਾਂਗਾ ਕਿ ਇਹਨੂੰ ਅਸੀਂ ਪਰਸ਼ੂ ਕਰਾਂਗੇ ਔਰ ਇਸ ਤੋਂ ਕਿਥੇ ਕਿਸ ਦੀ ਗਲਤੀ ਹੈ ਕਿਸੇ ਦੀ ਵੀ ਗਲਤੀ ਹੋਵੇ ਅਸੀਂ ਉਹਨੂੰ ਐਕਸਪਲੇਨੇਸ਼ਨ ਮੰਗਾਂਗੇ ਕਿ ਇਹ ਕਿਉਂ ਹੋ ਰਿਹਾ ਮਨੋਟਿਸ ਜੀ ਜੀ ਹੁਣ ਅੱਗੇ ਫਿਊਚਰ ਪਲਾਨਸ ਕਿਵੇਂ ਨੇ ਤੇ ਨਾਲ ਹੀ ਜੇਕਰ ਤੁਹਾਡੇ ਨਾਲ ਕੋਈ ਰਾਬਤਾ ਕਾਇਮ ਕਰਨਾ ਚਾਹੁੰਦਾ ਹੈ ਐਂਡ ਦੇ ਵਾਂਟ ਟੂ ਬੀ ਅ ਪਾਰਟ ਆਫ ਦਿਸ ਟੀਮ ਦਿਸ ਡੈਲੀਗੇਸ਼ਨ ਹਾਊ ਦੇ ਕੈਨ ਬੀ ਅ ਪਾਰਟ ਆਫ ਦਿਸ ਡੈਲੀਗੇਸ਼ਨ ਜ਼ਰੂਰ ਸਾਡਾ ਵੈਬਸਾਈਟ ਹੈ 6ofamericainc.com ਤੁਸੀਂ ਉਹਦੇ ਉੱਪਰ ਜਾ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ ਆ ਔਰ ਅਸੀਂ ਅੱਗੇ ਮੇਨਸਟ੍ਰੀਮ ਜਿਹੜੇ ਸਾਡੀ ਅਮਰੀਕਾ ਵਿੱਚ ਅਸੀਂ ਸਿੱਖੀ ਸਿੱਖ ਜਿਹੜੇ ਸਾਡੀ ਕਮਿਊਨਿਟੀ ਹੈ ਨੂੰ ਅਸੀਂ ਮੇਨਸਟ੍ਰੀਮ ਤੇ ਲੈ ਕੇ ਆਵਾਂਗੇ ਆ ਜਿਸ ਤਰ੍ਹਾਂ ਸੋਨੀ ਸਾਹਿਬ ਨੇ ਕਿਹਾ ਅਸੀਂ ਮਿਨੋਰਟੀਜ਼ ਵਿੱਚ ਵੀ ਮਿਨੋਰਟੀਜ਼ ਹਾਂ ਅਸੀਂ ਇੰਡੀਆ ਵਿੱਚ ਵੀ ਮਿਨੋਰਟੀਜ਼ ਵਿੱਚ ਵੀ ਮਿਨੋਰਟੀਜ਼ ਹਾਂ ਅਮਰੀਕਾ ਵਿੱਚ ਅਸੀਂ ਬਹੁਤ ਛੋਟੀ ਮਿਨੋਰਟੀ ਹਾਂ ਬਟ ਸਾਡੀ ਬਹੁਤ ਕੰਟ੍ਰਿਬਿਊਸ਼ਨਸ ਨੇ ਅਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਵਾਂਗੇ ਕੋਈ ਵੀ ਸਿੱਖ ਮਸਲੇ ਹੋਣ ਅਸੀਂ ਜਿਸ ਤਰ੍ਹਾਂ ਖਾਲਸਾ ਏਡ ਹੈ ਹੋਰ ਇਨੀ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਵੀ ਸਾਡੇ ਨਾਲ ਉਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਕਿ ਤਾਂਕਿ ਸਿੱਖੀ ਦੀ ਜਿਹੜੀ ਸੇਵਾ ਹੈ ਉਹ ਅਸੀਂ ਅਮਰੀਕਾ ਵਿੱਚ ਵੀ ਕਰੀਏ ਡੈਪਟੀ ਸ਼ੇਰਫ ਸੰਦੀਪ ਢਾਲੀਵਾਲ ਜੀ ਦੀ ਇੱਕ ਬੜੀ ਵੱਡੀ ਮਿਸਾਲ ਸਨ ਜਿੱਥੇ ਕਿ ਜਦੋਂ ਹਿਊਸਟਨ ਵਿੱਚ ਹਰਕੇਨ ਆਇਆ ਸਨ ਉਹਨਾਂ ਨੇ ਕਿੰਨੀ ਸੇਵਾ ਕੀਤੀ ਇਸ ਤਰ੍ਹਾਂ ਹੀ ਮੈਂ ਆਪਣੀ ਕਮਿਊਨਿਟੀ ਨੂੰ ਕਹਾਂਗਾ ਕਿ ਉਹਨਾਂ ਤੋਂ ਪ੍ਰੇਰਣਾ ਲੈ ਕੇ ਜਿੱਥੇ ਵੀ ਕੋਈ ਨੈਸ਼ਨਲ ਟ੍ਰੈਜੇਡੀ ਹੋਏ ਕੋਈ ਅ ਅਮਰੀਕਾ ਜਿੱਥੇ ਇਨਵੋਲਵ ਕੋਈ ਹੋਏ ਉੱਥੇ ਇਨਵੋਲਵ ਹੋਈਏ ਉੱਥੇ ਲੋਕਾਂ ਨੂੰ ਦਸੀਏ ਵੈਸੀ ਤੁਹਾਡੇ ਨਾਲ ਕੰਦੇ ਨਾਲ ਕੰਦਾ ਖੜਾ ਕਰਕੇ ਕਸੀ ਖੜੇ ਆ ਤੁਹਾਡੇ ਨਾਲ ਮਲਾ ਕੇ ਤੇ ਇਹ ਹੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਤੇ ਨਾਲੇ ਜਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਸਾਨੂੰ ਇੱਥੇ ਟਾਈਮ ਦਿੱਤਾ ਤੇ ਸਾਡੇ ਵਿਚਾਰ ਰੱਖੇ ਸੋ ਬਿਲਕੁਲ ਐਜ਼ ਜ਼ਿੰਮੇਵਾਰੀ ਬਣ ਜਾਂਦੀ ਹੈ ਸਾਡੀ ਕਿ ਜੇ तमाम ਸਵਾਲ ਖੜੇ ਹੁੰਦੇ ਹਨ ਕਿਸੇ ਵੀ ਆਰਗੇਨਾਈਜੇਸ਼ਨ ਦੇ ਉੱਤੇ ਅਗਰ ਉਹ ਕੰਮ ਕਰ ਰਹੀ ਹੁੰਦੀ ਤੇ ਫਿਰ ਕੋਸ਼ਿਸ਼ ਸਾਡੀ ਵੀ ਹੁੰਦੀ ਕਿ ਜਾ ਕੇ ਪੁੱਛੀ ਅਸੀਂ ਵੀ ਕਿ ਤੁਸੀਂ ਕੰਮ ਕੀ ਕਰ ਰਹੇ ਹੋ ਜੇਕਰ ਤੁਸੀਂ ਕੰਮ ਕੀਤਾ ਤਾਂ ਕੀ ਕੀਤਾ ਕਿ ਜਿਵੇਂ ਅੱਜ ਤਮਾਮ ਸਵਾਲਾਂ ਦੇ ਜਵਾਬ 6 of America ਨੇ ਦਿੱਤੇ ਕਿ ਉਹ ਵਚਨਬੰਦ ਹੈ ਅਸੇਖ ਇਸ਼ੂਸ ਨੂੰ ਲੱਗੇ ਭਾਵੇਂ ਉਹ ਮਸਲਾ ਭਾਰਤ ਨਾਲ ਸੰਬੰਧਿਤ ਹੋਵੇ ਭਾਵੇਂ ਉਹ ਮਸਲਾ ਲੈਂਡ ਆਫ ਓਪਰਚੁਨਿਟੀ ਗੋਡ ਬles ਅਮਰੀਕਾ ਨੂੰ ਕਹਿੰਦੇ ਆ ਕਿ ਅਮਰੀਕਾ ਦੇ ਨਾਲ ਸੰਬੰਧਿਤ ਹੋਵੇ ਤਾਂ ਅੱਜ 6 of America ਸਮਝਦੀ ਹੈ ਕਿ ਸਾਡੀ ਜ਼ਿੰਮੇਵਾਰੀ ਹੈਗੀ ਹੈ ਕਿ ਅਸੀਂ ਮਿਨੋਰਟੀ ਦੇ ਵਿੱਚ ਤਾਂ ਅਸੀਂ ਇੱਥੇ ਦੇ ਪ੍ਰਸ਼ਾਸਨ ਨੂੰ ਦੱਸ ਸਕੀ ਕਿ ਅਸੀਂ ਕੌਣ ਆ ਅਸੀਂ ਅਧਦੇ ਵਿੱਚ ਹੋ ਰਹੇ ਅਤਿਆਚਾਰ ਬਾਰੇ ਇੱਥੇ ਆਵਾਜ਼ ਬੁਲੰਦ ਕਰ ਸਕੀਏ ਤਾਂ ਕਿ ਜਿਹੜੀ ਸਰਕਾਰਾਂ ਉੱਥੇ ਮੌਜੂਦ ਹਨ ਉਹ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਕੰਮ ਕਰ ਸਕਣ ਉਹਨਾਂ ਦੇ ਲਈ 100% ਦੇ ਸਕਣ ਤੇ ਜਿਵੇਂ ਕਿ ਅੱਜ ਇਹਨਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਵੀ ਜਦ ਅੱਥੇ ਪਹੁੰਚਦੇ ਹਨ 2014 ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਤਾਂ ਇਹਨਾਂ ਨੇ ਆਪਣਾ ਮੈਮੋਰੰਡਮ ਰੱਖਿਆ ਅੱਜ 2019 ਦੇ ਵਿੱਚ ਜਦੋਂ ਪਹੁੰਚੇ ਤਾਂ ਇਹਨਾਂ ਨੇ ਆਪਣਾ ਮੈਮੋਰੰਡਮ ਰੱਖਿਆ ਸੋ ਇੱਕ ਗੱਲ ਅੱਜ ਇੱਥੇ ਜ਼ਰੂਰ ਕਹਿਣੀ ਪਵੇਗੀ ਕਿ ਕਈ ਅਜਿਹੀ ਸੰਸਥਾਵਾਂ ਹਨ ਜੋ ਕੰਮ ਤਾਂ ਕਰ ਰਹੀਆਂ ਹਨ ਲੇਕਿਨ ਜਦ ਉਹ तमाम ਸਵਾਲ ਖੜੇ ਕਰ ਦਿਆ ਹਨ ਤਾਂ ਉਹ ਗਰਾਊਂਡ ਲੈਵਲ ਤੇ ਇੰਪਲੀਮੈਂਟ ਹੁੰਦੇ ਹਨ ਜੋ ਕਿ ਹੁਣ ਇੰਪਲੀਮੈਂਟ ਹੁੰਦੇ ਕਿੱਥੇ ਨਾ ਕਿੱਥੇ ਨਜ਼ਰ ਆਏ ਪਰ तमाम ਸਵਾਲ ਐਵੀ ਹਨ ਕਿ ਜੇਕਰ ਤੁਸੀਂ ਵੀ ਕੋਈ ਅਜਿਹੇ ਕੰਮ ਕਰ ਰਹੇ ਹੋ ਜੇਕਰ ਤੁਹਾਡੀ ਆਰਗੇਨਾਈਜੇਸ਼ਨ ਵੀ ਕੋਈ ਆ ਸੇਕ ਇਸ਼ੂਸ ਨੂੰ ਲੈ ਕੇ ਜਾਂ ਫਿਰ ਹੋਰ ਕਿਸੇ ਇਸ਼ੂਸ ਨੂੰ ਲੈ ਕੇ ਇਫ ਯੂ ਆਰ ਡੂਇੰਗ ਸਮਥਿੰਗ ਯੂ ਕੈਨ ਰਾਈਟ ਮੀ ਅ ਮੇਲ ਮੈਂ ਤੁਹਾਡੇ ਕੋਲ ਵੀ ਆਵਾਂਗਾ ਔਰ ਤੁਹਾਡੇ ਬਾਰੇ ਵੀ ਜ਼ਰੂਰ ਜਾਨਣਾ ਚਾਹਾਂਗਾ ਕਿ ਵਾਟ ਯੂ ਆਰ ਡੂਇੰਗ ਐਂਡ ਹਾਊ ਯੂ ਆਰ ਇੰਪਲੀਮੈਂਟਿੰਗ 올 ਯੂਰ ਥਿੰਗਸ ਓਨ ਗਰਾਉਂਡ ਲੈਵਲ ਯੂ ਕੈਨ ਰਾਈਟ ਮੀ ਅ ਮੇਲ ਓਨ info@justbroadcasting.com harkeerat@justbroadcasting.com ਦੋਤੇ ਸੋ ਜੈਸੀ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਕਵਲਜੀਤ ਸਿੰਘ ਸੋਨੀ ਜੀ ਬਹੁਤ ਬਹੁਤ ਧੰਨਵਾਦ ਸੋ ਤਮਾਮ ਜਿਹੜੇ ਸਾਡੇ ਨਾਲ ਆਡੀਅੰਸ ਦੇ ਵਿੱਚ ਮੌਜੂਦ ਨੇ ਬਜਲਦਰ ਸਿੰਘ ਸ਼ਮ ਅ ਇੰਦਰਜੀਤ ਸਿੰਘ ਗੁਜਰਾਲ ਜੀ ਅ ਮਨਜੀਤ ਸਿੰਘ ਕੈਰੋਂ ਜੀ ਸਰਬਜੀਤ ਸਿੰਘ ਬਖਸ਼ੀ ਜੀ ਜੈ ਮੋਤ ਸਿੰਘ ਨੱਬਰ ਜੀ ਅ ਦਲਜੀਤ ਸਿੰਘ ਮਲਤਾਨੀ ਜੀ ਸਾਜਿਤ ਰਾਜ ਜੀ ਬਹੁਤ ਸੋਹਣਾ ਬੋਲੇ ਤੁਸੀਂ ਐਂਡ ਆ ਪੀ ਸਕੁਆਰਡਰ ਤੇ ਤੁਸੀਂ ਗੱਲ ਕੀਤੀ ਐ ਨਾ ਆਈ ਥਿੰਕ ਥੈਟਸ ਦੀ ਵਨ ਆਫ ਦੀ ਇੰਪੋਰਟੈਂਟ ਥਿੰਗ ਹਰਮਿੰਦਰ ਸਿੰਘ ਜੀ ਤੁਸੀਂ ਵੀ ਆਪਣੀ ਗੱਲ ਰੱਖੀ ਥੈਂਕ ਯੂ ਸੋ ਮੱਚ ਤੇ तमाम ਜਿਹੜੇ ਅੱਜ ਆਡੀਅנס ਦੇ ਵਿੱਚ ਮੌਜੂਦ ਸਿਗੇ ਜਿਨ੍ਹਾਂ ਨੇ ਆਪਣੇ ਵਿਚਾਰ ਰੱਖਦੇ ਹੋਏ ਇਹ ਗੱਲ ਜ਼ਰੂਰ ਦੱਸੀ ਕਿ 6 ਸੈਕਸ ਆਫ ਅਮਰੀਕਾ ਹਮੇਸ਼ਾ ਤੁਹਾਡੇ ਲਈ ਖੜੀ ਹੈ ਮੋਢੇ ਨਾਲ ਮੋਢਾ ਮਿਲਾ ਕੇ ਤੇ ਮੈਂ ਆਪਣੀ तमाम ਟੀਮ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਸਾਡੇ ਨਾਲ ਸਾਡੇ ਅੱਜ ਸੰਭਾਲਦੇ ਹੋ ਇਸ ਪੂਰੇ ਪ੍ਰੋਗਰਾਮ ਨੂੰ ਸੁਖਦੀਪ ਸਾਡੇ ਨਾਲ ਮੌਜੂਦ ਨੇ ਬਾਕਾਇਦਾ ਉਹ ਵੀ ਪਹੁੰਚੇ ਤੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਜਿਮੀ ਜਿਨ੍ਹਾਂ ਨੇ ਉਹ ਤੁਹਾਨੂੰ ਲਾਈਵ ਦਿਖਾਇਆ ਸੋ ਤਮਾਮ ਸਾਰੀ ਟੀਮ ਦਾ ਤਮਾਮ ਸਾਰੀ ਆਡੀਅנס ਦਾ ਜੋ ਕਿ ਇੱਥੇ ਮੌਜੂਦ ਸੀ ਕਿ ਉਹਨਾਂ ਦਾ ਧੰਨਵਾਦ ਮੈਸੀਗਾ ਹਰਕੀਰਤ ਸਿੰਘ ਆਲੂ ਵਾਲੀਆ ਆਵਾਂਗਾ ਤੁਹਾਡੇ ਸ਼ਹਿਰ ਜੇਕਰ ਤੁਸੀਂ ਵੀ ਕੀਤਾ ਕੋਈ ਅਜਿਆ ਕੰਮ ਸੋ ਆਈ ਵਿਲ ਲਾਈਕ ਟੂ ਨੋ ਐਂਡ ਥੈਂਕ ਯੂ ਵੈਰੀ ਮੱਚ ਡਾਕਟਰ ਸੁਰਿੰਦਰ ਸਿੰਘ ਗਿੱਲ ਜੀ ਕਿਉਂਕਿ ਤੁਸੀਂ ਲਗਾਤਾਰ ਸਾਡੇ ਸ਼ੋ ਦੇ ਉੱਤੇ ਆਉਂਦੇ ਹੋ ਔਰ ਅਸੀਂ ਤਮਾਮ ਸਵਾਲ ਕਰਦੇ ਹਾਂ ਲੇਕਿਨ ਮੈਂ ਗੱਲ ਅੱਜ ਵੀ ਤੁਹਾਨੂੰ ਕਹਿ ਰਿਹਾ ਮੈਂ ਫਿਰ ਵੀ ਤੁਹਾਨੂੰ ਲੈ ਕੇ ਆਵਾਂਗਾ ਔਰ ਸਵਾਲ ਮੈਂ ਆਪਣੇ ਐਵੇਂ ਹੀ ਰੱਖਾਂਗਾ ਜਿਵੇਂ ਮੈਂ ਅੱਜ ਤੁਹਾਡੇ ਨਾਲ ਰੱਖੇ ਨੇ ਸੋ ਡੈਫੀਨਿਟਲੀ ਗਿੱਲ ਆਲੂ ਵਾਲਿਆ ਤੁਸੀਂ ਵੇਖਦੇ ਰਹੋ ਜਸ ਟੀਵੀ ਬਰੇ ਸੋ ਨਿਹਾਰ ਸਤ ਸੀ ਅਕਾਲ